मैंने कभी ये नहीं सोचा थी मैं हार के हूँ। अच्छा, मैं एशियन बॉक्सिंग चैंपियनशिप आए तीन साल बाद आऊंगी है जी। ये मैं तीन खेडा तिना दी मैं गोल्ड। इन्हां नूं बड़ा प्यार दिंदी थी, मैनूं बड़ा प्यार दिंदे थे। हाँ जी, साड़ी बहुत जोड़ी वधिया बनी हुई थी साड़ी। अज भी बहुत सोहनी लगती है, शैल लगती है दोवें इकट्ठे। ना जी, असीं जमी नहीं इहो करिया जी, साडा जमी फर्क नहीं आया, इतराज नहीं आया जी, असीं लड़े नहीं कदे, मैनूं घूरिया नहीं कुछ भी। मैं तुसीं घूरदे होवोगे ना? मैं घूरदी हाँ जी, जदों थोड़ी जी पी लैंदा दारू। मैनूं फौज जा के बॉक्सिंग च पाता सी। मैं पहला टूर एशियन बॉक्सिंग चैंपियनशिप का लाया थी जी। सिर्फ मैं कल्ला ही थी एक इंडिया का जिहड़ा गोल्ड थी, बाकी सब हार गए। एथलीट बारे पढ़िया भी उहदा एक्सीडेंट होया, एक्सीडेंट होण तो बाद भी वो जिहदी डैथ हुई, डैथ च कहिंदे भी उहदा एक्सीडेंट हो गया, तो बाद दे विच उहदी जदों पोस्टमार्टम रिपोर्ट तो पता लग गया भी वह तीन दिन तो उहनूं रोटी नहीं मिली तां करके मर गया। ਤੁਸੀਂ ਹਾਲਤ ਦੇਖ ਲਓ ਵੀ ਰਿਐਲਿਟੀ ਚੈੱਕ ਕੀ ਹੈਗਾ, ਵੀ ਬੰਦਾ ਆਪਣਾ ਸਾਰਾ ਘਰ ਬਾਹਰ ਛੱਡ ਕੇ ਕਿਸੇ ਕੰਟਰੀ ਲਈ ਇੰਨਾ ਕੁਛ ਕਰਦਾ, ਅਤੇ ਉਹ ਤੋਂ ਬਾਅਦ ਐਂਡ ਰਿਜ਼ਲਟਸ ਕੀ ਨੇ? ਹੈ ਨਾ, ਕੋਰੀਆ ਵੀ ਮੈਂ ਲਾਸਟ ਫਾਈਨਲ ਦੇ ਵਿੱਚ ਉਹਨੂੰ ਖੁਦ ਉਹਦੇ ਮੁਲਕ 'ਚ ਖੁਦ ਜਿੱਤਿਆ। ਕੁਛ ਡਿਫਰੈਂਟ ਜਿਹਾ ਕਰੈਕਟਰ ਕਰਨਾ ਚਾਹੁੰਦੀ ਸੀ ਮੈਂ ਕਿ ਜਿਹੜਾ ਦਿਖੇ, ਅਤੇ ਬਾਈ ਚਾਂਸ ਮੇਰੇ ਕੋਲ ਇੱਕ ਕਰੈਕਟਰ ਆਇਆ, ਸਟੋਰੀ ਸੁਣੀ, ਮੈਨੂੰ ਬਹੁਤ ਸੋਹਣੀ ਲੱਗੀ ਹੈ ਨਾ, ਅਤੇ ਮੈਨੂੰ ਇਹ ਵੀ ਸੀਗਾ ਵੀ ਕਿ ਮੈਂ ਕਰਾਂ, ਅਤੇ ਮੈਂ ਨਾ ਹੀ ਕੀਤੀ ਨੀਗੀ ਹੈ ਨਾ, ਮਤਲਬ ਕੁਛ ਸੋਚਿਆ ਵੀ ਨਹੀਂ ਹੈਗਾ, ਅਤੇ ਸਟੋਰੀ ਵਧੀਆ ਲੱਗੀ ਅਤੇ ਮੈਂ ਕੀਤਾ ਇਹ। ਸੰਤਾ ਜੀ ਸ਼ੁਰੂ ਤੋਂ ਹੀ ਚਾਹਤ ਹੀ ਇਹਨਾਂ ਦਾ ਵੀ, ਗੇਮਾਂ 'ਚ ਜਿੱਤਦੇ ਨੇ ਖੇਡਦੇ ਨੇ, ਵੀ ਮੈਂ ਘਰ ਸੰਭਾਲਦੀ ਹਾਂ, ਤੁਸੀਂ ਆਉਣਾ ਨਹੀਂ ਬਾਹਰ, ਨਹੀਂ ਘਰੇ ਨਹੀਂ ਆਉਣਾ, ਤੁਸੀਂ ਬਾਹਰ ਹੀ ਰਹਿਣਾ ਹੈਗਾ। ਹਾਂ, ਬੱਚੇ ਮੈਂ ਆਪ ਹੀ ਸਾਂਭੂੰਗੀ, ਘਰ ਆਪ ਹੀ ਸਾਂਭੂੰਗੀ। ਸਾਨੂੰ ਸ਼ੌਂਕ ਤੀ, ਜਦੋਂ ਜਿੱਤਦਾ ਤੀ ਅਸੀਂ ਟੀ ਵੀ ਮੂਹਰੇ ਬਹਿ ਜਾਂਦੇ, ਫਿਰ ਅਸੀਂ ਸਾਰਾ ਪਰਿਵਾਰ, ਸਾਨੂੰ ਬੜਾ ਸ਼ੌਂਕ ਤੀਗਾ ਜਦੋਂ ਜਿੱਤਦੇ ਤੇਗੇ, ਹਾਰ ਪੈਂਦੇ ਸੀਗੇ, ਬਹੁਤ ਚੌ ਚੜ੍ਹਦਾ ਤੀ, ਸਾਰੇ ਪਿੰਡ ਨੂੰ ਇਹ ਚੌ ਚੜ੍ਹਦਾ ਤੀ। ਵੀ ਇੰਨੇ ਚਿਰ ਬਾਅਦ ਮਤਲਬ ਹੋਇਆ, ਖੁਸ਼ੀ ਹੁੰਦੀ ਆ। ਆਪਣੇ ਆਪ ਅੰਦਰ ਰੋਲ ਲੈਂਦੀ ਸੀਗੀ ਕਿ ਇਹਨਾਂ ਨੂੰ ਸ਼ੋਅ ਨਹੀਂ ਸੀ ਕਰਦੀ, ਹੈ ਨਾ, ਉਹ ਚੀਜ਼ ਉਹਦੇ 'ਚ ਬਹੁਤ ਸੋਹਣਾ ਇੱਕ ਸੀਨ ਆ ਕਿ ਮੈਂ ਇਹਨਾਂ ਨੂੰ ਦੇਖਿਆ ਟੁੱਟਦੇ, ਅਤੇ ਮੈਂ ਉਹ ਕਿੱਦਾਂ ਮਤਲਬ ਉਹਨਾਂ ਨੂੰ ਮੈਂ ਦੇਖ ਰਹੀ ਹਾਂ, ਅਤੇ ਮੈਂ ਆਪਣੇ ਅੰਦਰ ਹੀ ਉਹ ਸਾਰਾ ਕੁਛ ਪੀਲ ਰਹੀ ਹਾਂ, ਹੈ ਨਾ ਜੀ। ਸੋ ਇੱਕ ਸਾਲ ਪਹਿਲਾਂ ਤਾਂ ਦੇਖੋ ਬੋਕਸਿੰਗ ਵੀ ਕੀਤੀ ਹੈ, ਠੀਕ ਹੈ, ਅਤੇ ਸਿੱਖੀ ਵੀ ਅਸੀਂ ਬੋਕਸਿੰਗ, ਹੈ ਨਾ, ਅਤੇ ਫਿਰ ਉਹ 6 ਮਹੀਨੇ ਜਿਹੜਾ ਸਾਲ ਲੱਗਿਆ ਹੈਗਾ ਉਹ ਕਰੈਕਟਰ ਬਿਲਡਿੰਗ ਦੇ ਵਿੱਚ ਹੀ ਲੱਗਿਆ, ਹੈ ਨਾ, ਕਿਉਂਕਿ ਜੇ ਆਪਾਂ ਐਥਲੀਟ ਨੂੰ ਸ਼ੋਅ ਕਰਨਾ ਪਹਿਲਾਂ ਤੁਸੀਂ ਲੱਗਣੇ ਤਾਂ ਚਾਹੀਦੇ ਹੋ ਨਾ। ਪੰਜੀਰੀਆਂ ਰਲਾ ਦਾਂਦੀ, ਖੋਏ ਕੱਢ ਦਾਂਦੀ, ਪੀਪੇ ਭਰ ਭਰ ਭੇਜ ਦਾਂਦੀ ਇਹਨਾਂ ਨੂੰ ਨਾਲ, ਵੀ ਉੱਥੇ ਹੀ ਖਾ ਲਿਓ, ਵੀ ਇੱਥੋਂ ਚਲੇ ਜਾਓ। ਹੁਣ ਟੀਵੀ ਵੀ ਵੇਖਣਾ ਜ਼ਿਆਦਾ ਸੋਹਣਾ ਲੱਗਦਾ ਹੈ ਸਰ, ਉੱਥੇ ਸੋਹਣਾ ਲੱਗਦਾ ਤੁਸੀਂ। ਹਾਂ, ਮੈਂ ਕੁਛ ਕਰਾਂਗਾ ਤੋਂ ਲੈ ਕੇ ਇਸ ਇਨਸਾਨ ਨੇ ਅਜਿਹਾ ਕੀ ਕੀਤਾ ਕਿ ਇਹਦੇ ਬਾਰੇ ਇਤਿਹਾਸ ਮਰਦੇ ਦਮ ਤੱਕ ਗੱਲਾਂ ਕਰਦਾ ਹੈ, ਫਰਕ ਹੁੰਦਾ ਹੈ ਨਾ, ਕਰਦੇ ਤਾਂ ਅਸੀਂ ਸਾਰੇ ਹੀ ਹਾਂ, ਲੇਕਿਨ ਚਰਚਾ ਕਿਸੇ ਦੀ ਰਹਿ ਜਾਂਦੀ ਹੈ। ਅੱਜ ਜਿਨ੍ਹਾਂ ਦੇ ਨਾਲ ਮੈਂ ਤੁਹਾਨੂੰ ਤਾਰੁਫ ਕਰਵਾਉਣ ਵਾਲੀ ਹਾਂ, ਉਹ ਇੱਕ ਅਜਿਹੀ ਹਸਤੀ ਹੈ, ਅਜਿਹੀ ਸ਼ਖਸੀਅਤ ਹੈ, ਜਿਨ੍ਹਾਂ ਨੇ ਆਪਣੇ ਦਮ 'ਤੇ, ਜਿਨ੍ਹਾਂ ਨੇ ਆਪਣੇ ਹੁਨਰ ਦੇ ਦਮ 'ਤੇ ਪੂਰੀ ਦੁਨੀਆ ਦੇ ਵਿੱਚ ਨਾਂ ਰੋਸ਼ਨਾਇਆ, ਔਰ ਇੱਕ ਜੋੜੀ ਉਹ ਹੈ ਜੋ ਅੱਜ ਔਨ ਸਕਰੀਨ ਉਹਨਾਂ ਦੀ ਹੀ ਜ਼ਿੰਦਗੀ ਨੂੰ ਦੁਬਾਰਾ ਪਰਦੇ ਉੱਤੇ ਲੈ ਕੇ ਆਉਣਾ ਚਾਹੁੰਦੀ ਹੈ। ਬਿਲਕੁਲ, ਕੌਰ ਸਿੰਘ ਜੀ ਦੀ ਗੱਲ ਮੈਂ ਕਰ ਰਹੀ ਹਾਂ, ਅਰਜੁਨ ਅਵਾਰਡੀ ਪਦਮ ਸ਼੍ਰੀ ਕੌਰ ਸਿੰਘ ਜੀ, ਅਤੇ ਜੋ ਰੀਅਲ ਲਾਈਫ ਦੇ ਅਤੇ ਰੀਅਲ ਲਾਈਫ ਦੇ ਡਿਫਰੈਂਸਿਸ ਨੂੰ ਦਿਖਾਉਂਦੇ ਹੋਏ ਅੱਜ ਇਸ ਇੰਟਰਵਿਊ ਦੇ ਵਿੱਚ ਚਾਰਾਂ ਨੂੰ ਮੈਂ ਲੈ ਕੇ ਆਈ ਹਾਂ, ਇੱਕ ਰੀਅਲ ਲਾਈਫ ਦੇ ਅਤੇ ਦੂਸਰੇ ਰੀਅਲ ਲਾਈਫ ਦੇ। ਫਿਲਮ ਬਣਨ ਜਾ ਰਹੀ ਹੈ ਬਾਇਓਪਿਕ ਕੌਰ ਸਿੰਘ ਜੀ, ਲੇਕਿਨ ਸ਼ੁਰੂਆਤ ਕਰਾਂਗੇ ਉਹਨਾਂ ਤੋਂ ਹੀ ਜਿਸ ਤੋਂ ਸ਼ੁਰੂ ਹੋਇਆ ਇਹ ਸਿਲਸਿਲਾ, ਜਿਸਨੇ ਸ਼ੁਰੂ ਕੀਤਾ ਆਪਣਾ ਸਫ਼ਰ ਇੱਕ ਜੋਸ਼ ਜਨੂੰਨ ਅਤੇ ਜਜ਼ਬੇ ਦੇ ਨਾਲ ਦੁਨੀਆ ਦੇ ਵਿੱਚ ਨਾਂ ਚਮਕਾ ਕੇ, ਅੱਜ ਪਰਦੇ ਉੱਤੇ ਵੀ ਉਹਨਾਂ ਦੀ ਜ਼ਿੰਦਗੀ ਨੂੰ ਦੁਬਾਰਾ ਦੇਖਿਆ ਜਾਏਗਾ, ਲੇਕਿਨ ਉਸ ਤੋਂ ਪਹਿਲੇ ਸਭ ਦਾ ਹੀ ਸਵਾਗਤ ਕਰਦੇ। ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ ਅਕਾਲ ਮਾਤਾ ਜੀ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਹੈ। ਅਤੇ ਕੌਰ ਸਿੰਘ ਜੀ, ਹੈ ਨਾ, ਜਦੋਂ ਵੀ ਬੋਕਸਿੰਗ ਦੀ ਗੱਲ ਕੀਤੀ ਜਾਂਦੀ ਹੈ, ਖੇਡਾਂ ਦੀ ਗੱਲ ਕੀਤੀ ਜਾਂਦੀ ਹੈ, ਤਾਂ ਨਾਂ ਤੁਹਾਡਾ ਆਉਂਦਾ, ਪਰ ਹਰ ਇਨਸਾਨ ਕਿਤੇ ਨਾ ਕਿਤੇ ਮੇਰੇ ਵਰਗਾ ਨਿਆਣ ਮਤ ਇਹ ਜ਼ਰੂਰ ਸੋਚਦਾ ਵੀ ਕੌਰ ਸਿੰਘ ਨਾਮ ਦੀ ਸਟੋਰੀ ਕੀ ਹੈ, ਕੌਰ ਸਿੰਘ ਨਾਮ ਕਿਵੇਂ ਪਿਆ ਤੁਹਾਡਾ? ਨਾਮ ਮੇਰਾ ਕੌਰ ਸਿੰਘ ਹੈ ਜੀ, ਅਤੇ ਮਤਲਬ ਮੈਨੂੰ ਫੌਜ 'ਚ ਜਾ ਕੇ
ਬਾਕਸਿੰਗ 'ਚ ਪਾਤਾ ਸੀ ਜੀ। ਉੱਥੇ ਫਿਰ ਮੈਨੂੰ ਮਤਲਬ ਵੈਸੇ ਤਾਂ ਪਹਿਲਾਂ ਮੈਂ ਮੈਨੂੰ ਹੈਂਬਰ ਥਰੋ ਕਰਨ ਲਾਤਾ ਸੀ। ਅੱਛਾ। ਹੈਂਬਰ ਥਰੋ ਤੋਂ ਬਗੈਰ ਵੀ ਇਹ ਸਹੀ ਨਹੀਂ ਉਹ ਹੁੰਦਾ। ਫਿਰ ਮੈਨੂੰ ਉੱਥੇ ਇੱਕ ਬੀ ਐੱਸ ਜੋਲ ਬਲਜੀਤ ਹੁੰਦਾ ਸੀ ਅਫਸਰ, ਉਹ ਕਹਿੰਦਾ ਵੀ ਇਹਨੂੰ ਬਾਕਸਿੰਗ 'ਚ ਪਾਓ। ਅੱਛਾ। ਹਾਂ, ਫਿਰ ਉਹਨੇ ਮੈਨੂੰ ਹੌਲੀ 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 ਹਾਈ ਲੈਵਲ 'ਤੇ ਜੀ, ਫਿਰ ਮੈਂ ਮਤਲਬ ਆਏ ਸਾਲ ਇੱਕ ਪੌੜੀ ਤਾਂ ਜੋ ਆਪਾਂ ਪੌੜੀ 'ਤੇ ਨਹੀਂ ਡੰਡੇ ਚੜ੍ਹਦੇ, ਮਤਲਬ ਇੱਕ ਪੌੜੀ, ਫਿਰ ਲਾਸਟ ਮਤਲਬ ਮੈਂ ਇੰਟਰਨੈਸ਼ਨਲ ਕੈਂਪ ਤੱਕ ਪਹੁੰਚ ਗਏ ਜੀ। ਔਰ ਮੈਡਲਸ ਦੀ ਤਾਂ ਜਿਵੇਂ ਮੀਂਹ ਪਿਆ ਤੁਹਾਡੇ 'ਤੇ, ਇੰਨੇ ਮੈਡਲਸ ਤੁਸੀਂ ਜਿੱਤੇ ਹੋਏ ਨੇ, ਮੈਂ ਉੱਥੇ ਵੀ ਦੇਖ ਰਹੀ ਸੀ ਤੁਹਾਨੂੰ, ਸਰਟੀਫਿਕੇਟਸ ਮਿਲੇ ਹੋਏ ਨੇ, ਹੈ ਨਾ। ਬਾਕਸਿੰਗ ਨੂੰ ਜ਼ਿੰਦਗੀ ਦਾ ਹਿੱਸਾ ਬਣਾਉਣਾ, ਇਹ ਕੋਈ ਕੁਦਰਤ ਦੀ ਮਰਜ਼ੀ ਸੀ ਜਾਂ ਤੁਸੀਂ ਵੀ ਚਾਹੁੰਦੇ ਸੀਗੇ ਕਿ ਹਾਂ ਇਸ ਖੇਡ ਦੇ ਵਿੱਚ ਹੁਣ ਮੈਂ ਆਪਣੀ ਵਾਹ ਲਾ ਦੇਣੀ ਹੈ, ਜ਼ਿੰਦਗੀ ਲਗਾ ਦੇਣੀ ਹੈ? ਨਹੀਂ ਨਹੀਂ, ਮੈਨੂੰ ਮਤਲਬ ਸ਼ੌਂਕ ਹੀ ਸੀ। ਅੱਛਾ। ਹਾਂ, ਜਿੱਕੂ ਮੈਂ ਪਹਿਲਾ ਟੂਰ ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ ਦਾ ਲਾਇਆ ਸੀ ਜੀ, ਉਹਦੇ ਵਿੱਚ ਸਿਰਫ ਮੈਂ ਇਕੱਲਾ ਹੀ ਸੀ ਇੱਕ ਇੰਡੀਆ ਦਾ ਜਿਹੜਾ ਗੋਲਡ ਸੀ, ਬਾਕੀ ਸਭ ਹਾਰ ਗਈ ਦੁਨੀਆ। ਅੱਛਾ, ਕੀ ਬਾਤ ਹੈ। ਸੋ ਤੁਸੀਂ ਨਾ ਕੇਵਲ ਪੰਜਾਬ ਦਾ ਮਾਣ ਵਧਾਇਆ, ਤੁਸੀਂ ਪੱਗ ਦਾ ਮਾਣ ਵੀ ਵਧਾਇਆ ਨਾਲ ਦੇ ਨਾਲ, ਹੈ ਨਾ। ਲੇਕਿਨ ਇੱਕ ਗੱਲ ਜ਼ਰੂਰ ਜਾਣੀ ਚਾਹਾਂਗੀ, ਉਹ ਉਮਰ ਇਹੋ ਜਿਹੀ ਹੁੰਦੀ ਹੈ ਵੀ ਸੱਟ ਪਰੇਟ ਲੱਗ ਜਾਏ ਤਾਂ ਦੋਹਰੀ ਵਾਰੀ ਮਨ ਨਹੀਂ ਉਹ ਕਰਦਾ ਵੀ ਨਹੀਂ ਇਹ ਤਾਂ ਬਹੁਤ ਰਿਸਕੀ ਗੇਮ ਹੈ, ਇਹੋ ਜਿਹਾ ਕੋਈ ਖਿਆਲ ਨਹੀਂ ਆਇਆ ਤੁਹਾਡੇ? ਨਾ ਨਾ, ਕੋਈ ਮੇਰੇ ਦਿਲ 'ਚ ਖਿਆਲ ਨਹੀਂ। ਖਿਆਲ ਤਾਂ ਮੇਰੇ ਦਿਲ 'ਚ ਆਏ ਸੀ ਵੀ ਮੈਂ ਪ੍ਰੈਕਟਿਸ ਕਰਦਾ ਸੀ ਜੀ, ਇਹ ਜਿਹੜੀ ਗੇਮ ਹੈ ਇਹ ਪ੍ਰੈਕਟਿਸ ਦੀ ਗੇਮ ਹੈ ਜੀ। ਅਤੇ ਹੁਣ ਜਦੋਂ ਤੁਹਾਨੂੰ ਪਤਾ ਲੱਗਿਆ ਵੀ ਹੁਣ ਫਿਲਮ ਬਣਨ ਜਾ ਰਹੀ ਹੈ ਤੁਹਾਡੀ ਜ਼ਿੰਦਗੀ 'ਤੇ, ਤੁਸੀਂ ਚਾਹੁੰਦੇ ਸੀਗੇ? ਹਾਂਜੀ, ਚਾਹੁੰਦੇ ਸੀਗੇ। ਕੀ ਉਸ ਟਾਈਮ 'ਤੇ ਅਹਿਸਾਸ ਸੀਗਾ ਵੀ ਇੰਨੇ ਸਾਲਾਂ ਬਾਅਦ ਕਿਸੇ ਨੇ ਦੁਬਾਰਾ ਇਸ ਨਾਂ ਨੂੰ ਇਤਿਹਾਸ 'ਚੋਂ ਫਰੋਲਿਆ ਹੈ? ਮਤਲਬ ਮੇਰੇ ਦਿਲ 'ਚ ਸ਼ੌਂਕ ਹੋਇਆ ਵੀ ਇੰਨੇ ਸਾਲਾਂ ਬਾਅਦ, ਵੀ ਇੰਨੇ ਚਿਰ ਬਾਅਦ ਮਤਲਬ ਉਹ ਹੋਇਆ, ਖੁਸ਼ੀ ਹੁੰਦੀ ਹੈ ਜੀ। ਸੋ ਸਾਡੀ ਟੀਮ ਵੱਲੋਂ ਵੀ ਮੁਬਾਰਕਾਂ ਨੇ ਤੁਹਾਨੂੰ ਬਹੁਤ ਬਹੁਤ ਜੀ। ਹੁਣ ਤੁਹਾਡੇ ਨਾਲ ਗੱਲ ਕਰਨਾ ਚਾਹਾਂਗੀ। ਕਰਮ ਜੀ, ਸਵਾਗਤ ਹੈ ਬਹੁਤ ਬਹੁਤ। ਫਿਲਮਾਂ ਕਰਨਾ ਅੱਜ ਕੱਲ੍ਹ ਹਰ ਕਿਸੇ ਦਾ ਚਾਅ ਹੋ ਗਿਆ, ਹੈ ਨਾ। ਜਿਵੇਂ ਕੁਛ ਨਹੀਂ ਫਿਲਮਾਂ ਕਰ ਲਓ, ਪਰ ਅਦਾਕਾਰ ਬਣਨਾ ਇੰਨਾ ਡਿਫੀਕਲਟ ਜੋਬ ਨਹੀਂ ਹੈ ਜਿੰਨਾ ਕਿਸੇ ਦੀ ਪਰਸਨੈਲਿਟੀ ਨੂੰ ਫਰੇਮ ਉੱਤੇ ਲੈ ਕੇ ਆਉਣਾ, ਉਹਨੂੰ ਘੋਟ ਕੇ ਪੀਣਾ ਪੈਂਦਾ, ਜਿੱਦਾਂ ਅਸੀਂ ਪੇਪਰਾਂ ਦੇ ਵਿੱਚ ਲੈਸਨ ਪੀਂਦੇ, ਹੈ ਨਾ। ਕਿਸੇ ਦੀ ਜ਼ਿੰਦਗੀ ਨੂੰ ਅਡੋਪਟ ਕਰਨਾ, ਫਿਰ ਅਡੋਪਟ ਕਰਨ ਤੋਂ ਬਾਅਦ ਰਿਪ੍ਰਜੈਂਟ ਕਰਨਾ, ਫਰੇਮ 'ਤੇ ਇਮੋਸ਼ਨ ਲੈ ਕੇ ਆਉਣਾ, ਪਹਿਲੀ ਗੱਲ ਤਾਂ ਆਈਡੀਆ ਤੁਹਾਡੇ ਤੱਕ ਕਿਵੇਂ ਪਹੁੰਚਿਆ ਕਿ ਹਾਂਜੀ ਇੱਕ ਜਿਹੜੇ ਬੋਕਸਰ ਹੈਗੇ ਨੇ, ਹੈ ਨਾ, ਪਦਮ ਸ਼੍ਰੀ ਜਾਂ ਅਰਜਨ ਅਵਾਰਡੀ, ਉਹਨਾਂ 'ਤੇ ਫਿਲਮ ਬਣ ਜਾ ਰਹੀ ਹੈ? ਬੇਸਿਕਲੀ ਮਿਸਟਰ ਵਿਕਰਮ ਪ੍ਰਧਾਨ ਮੇਰੇ ਇੱਕ ਫਰੈਂਡ ਹੈਗੇ ਸੁਖਬੀਰ ਗਿੱਲ, ਉਹਨਾਂ ਨੇ ਕਨੈਕਟ ਕਰਾਇਆ ਸੀ ਉਹਨਾਂ ਨਾਲ। ਸੋ ਉਸ ਟਾਈਮ ਉਹਨਾਂ ਕੋਲ ਮਿਸਟਰ ਕੌਰ ਸਿੰਘ ਦੀ ਸਟੋਰੀ ਜਿਹੜੀ ਸੀਗੀ ਉਹ ਉਹਨਾਂ ਨੇ ਰਾਈਟ ਕੀਤੀ ਹੋਈ ਸੀਗੀ, ਅਤੇ ਫਿਰ ਉਹਨਾਂ ਨੇ ਜਦੋਂ ਨਰੇਟ ਕੀਤੀ ਅਤੇ ਮੈਂ ਵੀ ਕਿਤੇ ਨਾ ਕਿਤੇ ਆਲਰੇਡੀ ਸਪੋਰਟਸ ਦੇ ਵਿੱਚ ਰਿਹਾ ਸੀਗਾ, ਹੈ ਨਾ। ਅਤੇ ਫਿਰ ਓਵਰਆਲ ਮੈਨੂੰ ਲੱਗਿਆ ਵੀ ਇਹ ਬਹੁਤ ਇਹੋ ਜਿਹੀ ਕਹਾਣੀ ਹੈ ਜਿਹੜੀ ਪਹੁੰਚਣੀ ਚਾਹੀਦੀ ਹੈ ਆਡੀਅੰਸ ਤੱਕ, ਇਹਦੇ ਵਿੱਚ ਕਾਫੀ ਕੁਝ ਸੱਚਾਈ ਲੁਕੀ ਹੋਈ ਹੈਗੀ ਹੈ। ਓਕੇ, ਸੋ ਜਦੋਂ ਤੁਸੀਂ ਇਹਨਾਂ ਨਾਲ ਓਬਵੀਅਸਲੀ ਮਿਲੇ ਹੋਵੋਗੇ ਇੱਕ ਵਾਰ ਫਿਲਮ ਤੋਂ ਪਹਿਲਾਂ, ਸੋ ਉਸ ਟਾਈਮ 'ਤੇ ਕਿਤੇ ਨਾ ਕਿਤੇ ਕੋਈ ਹੈਜ਼ੀਟੇਸ਼ਨ ਜਾਂ ਨਰਵਸਨੈਸ ਵੀ ਸੀ? ਨਹੀਂ ਨਹੀਂ, ਹੈਜ਼ੀਟੇਸ਼ਨ ਤਾਂ ਕੀ ਹੋਣੀ ਹੈ, ਉਹ ਤਾਂ ਜਦੋਂ ਆਪਾਂ ਐਜ਼ ਅ ਐਕਟਰ ਕੰਮ ਕਰਨਾ, ਹੈਜ਼ੀਟੇਸ਼ਨ ਤਾਂ ਕਰਦੀ ਹੈ ਜੀ। ਸੋ ਕਿਤੇ ਨਾ ਕਿਤੇ ਕਿਸੇ ਦੀ ਆਟੋਬਾਇਓਗ੍ਰਾਫੀ ਨੂੰ ਨਿਭਾਉਣਾ ਥੋੜ੍ਹਾ ਜਿਹਾ ਜ਼ਿਆਦਾ ਜ਼ਿਆਦਾ ਭਾਰ ਵਾਲਾ ਕੰਮ ਨਹੀਂ ਲੱਗਦਾ? ਨਹੀਂ, ਦੇਖੋ ਉਹ ਤੁਹਾਨੂੰ ਉਹ ਕਰਨਾ ਤਾਂ ਪੈਂਦਾ, ਪ੍ਰਿਪੇਅਰ ਆਪਣੇ ਆਪ ਨੂੰ ਕਰਨਾ ਪੈਂਦਾ। ਪਰ ਅਸੀਂ ਮੈਂ ਇੱਕ ਸਾਲ ਪਹਿਲਾਂ ਆਲਰੇਡੀ ਉਹ ਕੰਮ ਸ਼ੁਰੂ ਕਰਤਾ ਸੀ, ਸੋ ਇੱਕ ਸਾਲ ਪਹਿਲਾਂ ਤਾਂ ਦੇਖੋ ਬੋਕਸਿੰਗ ਵੀ ਕੀਤੀ ਹੈ, ਠੀਕ ਹੈ, ਅਤੇ ਸਿੱਖੀ ਵੀ ਹੈ ਅਸੀਂ ਬੋਕਸਿੰਗ, ਹੈ ਨਾ। ਅਤੇ ਫਿਰ ਉਹ 6 ਮਹੀਨੇ ਜਿਹੜਾ ਸਾਲ ਲੱਗਿਆ ਹੈਗਾ ਉਹ ਕਰੈਕਟਰ ਬਿਲਡਿੰਗ ਦੇ ਵਿੱਚ ਹੀ ਲੱਗਿਆ, ਹੈ ਨਾ, ਕਿਉਂਕਿ ਜੇ ਆਪਾਂ ਐਥਲੀਟ ਨੂੰ ਸ਼ੋਅ ਕਰਨਾ ਪਹਿਲਾਂ ਤੁਸੀਂ ਲੱਗਣੇ ਤਾਂ ਚਾਹੀਦੇ ਹੋ ਨਾ। ਸੋ ਮੈਨੂੰ ਪਹਿਲਾਂ ਆਪਾਂ ਉਹ ਲੱਗੇ, ਫਿਰ ਬਾਕੀ ਪਾਰਟ ਤਾਂ ਜਿਵੇਂ ਉਹ ਨਰੇਸ਼ਨਸ ਟਾਈਮ ਟੂ ਟਾਈਮ ਮਿਸਟਰ ਵਿਕਰਮ ਨਾਲ ਦਿੰਦੇ ਰਹਿੰਦੇ ਸੀ ਵੀ ਸਟੋਰੀ ਆਪਣੀ ਐਵੇਂ ਹੈ ਐਵੇਂ ਹੈ, ਉਹਨਾਂ ਨੇ ਮਤਲਬ ਆਈ ਥਿੰਕ 5-7 ਨਰੇਸ਼ਨਸ ਦਿੱਤੀਆਂ ਓਵਰ ਦ ਫੋਨ, ਉਹ ਫਿਰ ਬੰਦੇ ਨੂੰ ਸਮਝਣ ਆ ਜਾਂਦਾ ਮੈਂ ਕੀ ਪਲੇ ਕਰਨਾ। ਫਿਰ ਐਜ਼ ਐਨ ਐਕਟਰ, ਕੋਈ ਵੀ ਐਕਟਰ ਉਹ ਆਲਰੇਡੀ ਉਹ ਲਈ ਆਪਣੇ ਆਪ ਪ੍ਰਿਪੇਅਰ ਕਰਦਾ ਅਤੇ ਫਿਰ ਉਹ ਰਾਈਟ। ਸੋ ਪ੍ਰਭ ਜੀ, ਤੁਹਾਡਾ ਵੀ ਸਵਾਗਤ ਹੈ ਨਾ। ਜਦੋਂ ਅਸੀਂ ਗੀਤ ਕਰਦੇ ਹਾਂ ਨਾ, ਅਤੇ 2-3 ਮਿੰਟਸ ਦੇ ਵਿੱਚ ਸਟੋਰੀ ਹੁੰਦੀ ਹੈ, ਅਸੀਂ ਪੋਟੈਂਸ਼ੀਅਲ ਨਹੀਂ ਜਾਣ ਪਾਉਂਦੇ ਕਿ ਇਹ ਆਰਟਿਸਟ ਕੀ ਕਰ ਸਕਦਾ। ਪੰਜਾਬੀ ਸਿਨੇਮਾ ਦੀ ਗੱਲ ਕਰੀਏ ਤਾਂ ਐਕਟ੍ਰੈਸਿਸ ਨੂੰ ਇਸ ਬਿਹਾਫ 'ਤੇ ਕਿਤੇ ਨਾ ਕਿਤੇ ਰਿਸਕ ਮੰਨਿਆ ਜਾਂਦਾ ਵੀ, ਹੈ ਨਾ, ਔਰ ਉਹ ਵੀ ਮੰਨਦੀਆਂ ਨੇ ਕਿ ਹਜੇ ਸ਼ੁਰੂਆਤ ਹੋਈ ਹੈ, ਸੋ ਮੈਂ ਇਹੋ ਜਿਹੇ ਪ੍ਰੋਜੈਕਟ ਦਾ ਪਾਰਟ ਬਣਾਂਗੀ, ਕਿੰਨਾ ਹਾਈਲਾਈਟ ਹੋਵਾਂਗੀ, ਮੇਰਾ ਕਿੰਨਾ ਸਕਰੀਨ ਪਲੇ ਹੋਏਗਾ। ਬਟ ਤੁਸੀਂ ਇਸ ਚੀਜ਼ ਨੂੰ ਐਕਸੈਪਟ ਕੀਤਾ, ਤੁਹਾਨੂੰ ਕਿਸ ਚੀਜ਼ ਨੇ ਇੰਨਾ ਪਿੱਚ ਕੀਤਾ ਕਿ ਤੁਹਾਨੂੰ ਲੱਗਿਆ ਕਿ ਕੌਰ ਸਿੰਘ ਡੈਫੀਨੇਟਲੀ ਕਰਨੀ ਚਾਹੀਦੀ ਹੈ?
एक्चुअली जो तुम पहले फर्स्ट क्वेश्चन किया मैंने वधिया लग्या कि इतने अपनी थोड़ी मैंटैलिटी यही बनी हुई है कि अच्छा इन्होंने सौंग कितने इन्होंने नहीं लैना है ना मतलब मैंने लगता कि तुम्हें चेंज करना चाहिए ये चीज़ है ना सब मतलब इंडस्ट्री से होना कुछ चेंज आना चाहिए। मैं निर्मल ऋषि मैम की स्टूडेंट हाँ मैं थिएटर आर्टिस्ट हाँ तो मैं कितने ना कि शौक सगा कि मैं कुछ वधिया करा है ना कुछ बायोपिक टाइप मैं कुछ डिफरेंट जहाँ करैक्टर करना चाहती सी मैं कि जरा दिखे तो बाई चांस मेरे को एक करैक्टर आया स्टोरी सुनी मैं मैं बहुत सोहनी लगी है ना तो मैं ये भी सगा भी कि मैं करा तो मैं ना ही किते नहीं है ना मतलब कुछ सोचा भी नहीं है तो स्टोरी वधिया लगी तो मैं किया है जी। सो स्क्रिप्ट एक बहुत इंपॉर्टेंट रोल प्ले करता है पर जो इन्हों देखा तुम इन्हों मिले होवोगे तो उस टाइम तक की एहसास अंदर आता सी एक है ना मतलब आमो सामने हो के की जज्बात तुम महसूस करते सी। एक्चुअली मैं सच्ची दसा तो मैं इन्होंने सैट पर मिली सी इन्हें बारे सुनिया बहुत सी बलजीत जी बारे तो मैं जो सुनिया किदा के रेंगे ने है ना मैं उन्होंने पूछा किमें रेंगे ने बहुत सिंपल जे ने अपने हसबेंड बहुत सपोर्ट करते हैं तो मतलब बहुत गरीबी च उठे हुए है ना उन्होंने घर के हालात जिदा के भी सके पर उन्होंने हमेशा उन्होंने साथ दिता हमेशा उन्होंने मतलब अगे वधन दे कही कि तुसी मतलब हार नहीं मान सकते है ना वो चीज़ मैं बहुत वधिया लगी थानू इस स्टोरी विच भी देखने मिलेगा मूवी कि मैं कि उन्होंने एप्रीशिएट कर रही तुसी है ना अगे वधो ज हर चीज़ विच जे दुख सुख आता वो भी नाल खड़ी हाँ वो चीज़ मैं सी कि नॉर्मली है ना लेडीज़ विच नैचुरल आ तो जिदा उन्होंने नेचर होंगे है कि हसबेंड सपोर्ट करदियां ने वो चीज़ सी बिल्कुल जी। सो हुण माता जी तुहानू ही पुछना चाहवांगी कहिंदे वी डॉक्टर की जिहड़ी वोटी हुंदी है वह डॉक्टर साहिबा हो जाती है ना वकील की सेम सो एक खिडारी की जिहड़ी वाइफ हुंदी है जिहड़ी पत्नी हुंदी है उहदे अंदर भी वह जोश वह जनून वह जज्बा अपने हसबेंड नूं अगे लैके जांदा परिवार नूं संभालण दा उहो जिहा ही हो जांदा। सो जिंदगी की शुरुआत इन्हां दे नाल कित्थों हुई है पहले तो मैं वह पलां मतलब बारे जानना चाहवांगी। संता जी शुरू तो ही चौथ ही गए इन्हों भी गेम जीतते ने खेडते ने भी मैं घर संभाल दियाँ तुम आना नहीं बहर नहीं घर नहीं आना तुम बहर ही रहना है। अच्छा। हाँ बच्चे मैं आप ही सामूंगी घर आप ही सामूंगी सानू शौक थी जो जीतता थी असं टीवी मूहरे बह जाते फिर असं सारा परिवार सानू बड़ा शौक थी जब जीतते थे हार पेंदे सीगे बहुत चौ चढ़ता थी सारे पिंड नूं चौ चढ़ता थी जी। हाँ सो उही गल हुंदी है ने भी परमात्मा समा जिहड़ा ने ओह तुहाडी वेव्स चलदियां रहिंदियां ने है ना ओह लहरां चलदियां रहिंदियां ने दुख भी आउंदा सुख भी आउंदा जी उस सुख की घड़ी तो बाद असली प्रीख्या तुहाडी कदों शुरू हुई पर तुहानूं उस प्रीख्या देण दे विच कोई भी किसी तरह की परेशानी नहीं सी क्योंकि तुसीं माण महसूस करदे सी भी औखा टाइम है पर मैं उहदी वोटी हाँ। हाँ जी मैं जमी नहीं महसूस करिया जी औखां भी कट्टियां ने बहुत खाइयां भी कट्टियां ने मैं पर मैं हौसला रखा भी जदों बस इन्हों नहीं मैं कोई गल दस दी गई भी मैं औखी हाँ कमाए दुखी हाँ गी इन्हों हौसला देना भी तुसी जित के आना घर इन्ना विश्वास थी गा हाँ मैं कदे नहीं इन्हों रोकया थी जे इन्हों ने छुट्टी बा पहला मागरों जाना मैं पहले ही तोर देना इन्हों कट के भी तुसी जाओ छेती हाँ जाओ ते जाके टीवी ते आ जाओ उत्थे देखांगे सोनू रखते है सानू बड़ा चाओ थी जी। हाँ जी। नहीं वोटियां कैदा दियां नेगियां भी असीं जान नहीं दिंदे कल नू बग जी परसों नू बग जी मैं दो दिन पहले ही भेज दाने छुट्टी कट के। अच्छा जिदा इन इन्हों का जिद प्रोफेशन सीगा बॉक्सिंग करते सी सो दो दिन पहले भेज तो तुसी दिंदे सी केड़ी खाने वाली चीज़ा इन्हों की डिमांड ती हुंदियां सी वी ये भेज दी क्योंकि खुराक बड़ी जरूरी हुंदी है उत्थे खुराक इन्हों नू बड़ी मिलदी थी जी उरे घर नहीं मिलदी थी असीं मैं पंजीरियां रला रला दिंदी जी बड़ियां बहुत पंजीरियां मज्जां रखियां ने मैं पंजीरियां रला दां दी खोए कढ़ दां दी पीपे भर भर भेज दां जी इन्हां नू ਨਾਲ ਵੀ ਉੱਥੇ ਖਾ ਲਿਓ ਵੀ ਇੱਥੋਂ ਚਲੇ ਜਾਓ ਹੁਣ ਟੀਵੀ ਵੀ ਵੇਖਣਾ ਜ਼ਿਆਦਾ ਸੋਹਣਾ ਲੱਗਦਾ ਹੈ ਸਰ ਉੱਥੇ ਸੋਹਣਾ ਲੱਗਦਾ ਤੁਸੀਂ ਹਾਂ ਜੀ। ਸੋ ਸਰ ਜਦੋਂ ਤੁਸੀਂ ਪਿੱਛੇ ਜਾ ਕੇ ਝਾਤ ਮਾਰਦੇ ਹੋ ਕਿਹੜੇ ਪਲ ਅੱਜ ਵੀ ਫਕਰ ਮਹਿਸੂਸ ਕਰਾਉਂਦੇ ਨੇ ਕਿਹੜੇ ਪਲ ਅੱਜ ਵੀ ਸਾਂਝੇ ਕਰਦੇ ਹੋ ਨਾਲ ਬੈ ਕਿਹੜੇ ਪਲ ਕਰਦਾ ਵੀ ਹਾਂ ਬਈ ਕੌਰ ਸਿੰਘ ਕਦੀ ਤੂੰ ਉਹ ਸਟੇਜ 'ਤੇ ਵੀ ਸੀਗਾ। ਹੁਣ ਤਾਂ ਮੈਨੂੰ ਹਰੇਕ ਬੰਦਾ ਜਿਹੜਾ ਮਿਲਦਾ ਹੈ ਹਰੇਕ ਬੰਦਾ ਮੇਰੀ ਵਡਿਆਈ ਇਹ ਕਰਦਾ ਹਾਂਜੀ ਵੀ ਮਤਲਬ ਬਹੁਤ ਨਾਂ ਕਮਾਇਆ ਜਦੋਂ ਮੈਂ ਫਿਰ ਉਹ ਜਦੋਂ ਇੰਟਰਨੈਸ਼ਨਲ ਜੋ ਸਮਝ ਲਿਆ ਮੈਂ ਉਹ ਹੋ ਗਿਆ ਫਿਰ ਮਤਲਬ ਉਦੋਂ ਬਾਅਦ
ਜਿਹੜੀ ਇਹ ਏਸ਼ੀਅਨ ਕੋਮਨਵੈਲਥ ਗੇਮ ਆ ਗਈ ਹਾਂਜੀ ਕੋਮਨਵੈਲਥ ਗੇਮ 'ਚ ਮੈਂ ਉਹ ਕਰਿਆ ਫਿਰ ਮਤਲਬ ਕਿ ਇਹ ਮੁਹੰਮਦ ਅਲੀ ਆਇਆ ਸੀ ਇੱਥੇ ਆਪਣੇ ਇੰਡੀਆ 'ਚ ਉਦੋਂ ਮਤਲਬ ਕੋਈ ਨਹੀਂ ਹਰੇਕ ਬੰਦਾ ਡਰਦਾ ਸੀ ਵੀ ਮਤਲਬ ਇਹਦੇ ਨਾਲ ਕਿਹੜਾ ਫਾਈਟ ਕਰੂੰ ਮੈਂ ਦੋ ਤਿੰਨ ਫਾਈਟਾਂ ਉਹਦੇ ਨਾਲ ਵੀ ਕਰੀ ਕੀ ਬਾਤ ਹੈ ਫਿਰ ਮੇਰਾ ਹੌਸਲਾ ਵੱਧ ਗਿਆ ਅੱਛਾ ਜਦੋਂ ਅਸੀਂ ਇੱਕ ਮੁਕਾਮ 'ਤੇ ਹੁੰਦੇ ਹਾਂ ਨਾ ਅਤੇ ਉਦੋਂ ਤਾਂ ਸਾਨੂੰ ਇਸ ਦੁਨੀਆ ਨੂੰ ਇੱਦਾਂ ਲੱਗਦਾ ਵੀ ਜਿੱਤ ਲਿਆ ਫਿਰ ਇੱਕ ਸਮਾਂ ਆਉਂਦਾ ਜਦੋਂ ਪਾਸਾ ਪਲਟਣਾ ਸ਼ੁਰੂ ਹੁੰਦਾ ਜਦੋਂ ਆਮ ਜ਼ਿੰਦਗੀ ਆਉਣੀ ਸ਼ੁਰੂ ਹੁੰਦੀ ਜਦੋਂ ਆਮ ਜ਼ਿੰਦਗੀ ਦੀਆਂ ਮੁਸ਼ਕਲਾਂ ਆਉਣੀਆਂ ਸ਼ੁਰੂ ਹੁੰਦੀਆਂ ਜਦੋਂ ਇੱਕ ਇੰਨੇ ਵੱਡੇ ਨਾਮ ਵਾਲਾ ਖਿਡਾਰੀ ਆਮ ਜ਼ਿੰਦਗੀ ਵਿੱਚ ਝਾਤ ਮਾਰ ਰਿਹਾ ਸੀ ਕਿਤੇ ਮਦਦ ਦੀ ਜ਼ਰੂਰਤ ਸੀ ਮਦਦ ਵੀ ਨਹੀਂ ਸੀ ਕਿਸ ਤਰ੍ਹਾਂ ਦੀਆਂ ਔਂਕੜਾਂ ਨੇ ਤੁਹਾਨੂੰ ਕਿਤੇ ਨਾ ਕਿਤੇ ਮਨ ਨੂੰ ਨੀਵਾਂ ਕੀਤਾ ਮਨ ਤਾਂ ਕਈ ਚੀਜ਼ਾਂ ਹੋ ਗਈਆਂ ਨੇ ਹੁੰਦੀਆਂ ਰਹਿੰਦੀਆਂ ਨੇ ਪਰ ਮੈਂ ਕਦੇ ਦਿਲ 'ਚ ਨਹੀਂ ਸੋਚਿਆ ਵੀ ਮਤਲਬ ਮੈਨੂੰ ਵੀ ਔਕੜਾਂ ਆ ਗਈਆਂ ਜਿਹੜੀਆਂ ਔਕੜਾਂ ਵੀ ਆ ਗਈਆਂ ਤਾਂ ਉਹਨੂੰ ਕਹਿ ਵੀ ਜੋ ਪਰਮਾਤਮਾ ਕਰਦਾ ਠੀਕ ਜੀ ਸੋ ਮਤਲਬ ਮਾਲਕ ਦੀ ਰਜ਼ਾ 'ਚ ਤੁਸੀਂ ਹਮੇਸ਼ਾ ਹਾਮੀ ਭਰੀ ਹੈ ਨਾ ਜੀ ਅੱਛਾ ਤੁਹਾਡੇ ਕੋਲੋਂ ਜ਼ਰੂਰ ਜਾਣਨਾ ਚਾਹਾਂਗੀ ਕਿ ਵੀ ਤੁਸੀਂ ਘਰ ਦਾ ਪਿੱਲਰ ਹੋ ਜੋ ਕਿ ਅਸੀਂ ਦੇਖ ਪਾ ਰਹੇ ਹਾਂ ਹੈ ਨਾ ਜਦੋਂ ਵੀ ਕੋਈ ਇੱਦਾਂ ਦੀ ਔਖੀ ਘੜੀ ਆਈ ਹੈ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿਤੇ ਨਾ ਕਿਤੇ ਜਦੋਂ ਨਾਮ ਉੱਚਾ ਹੁੰਦਾ ਨਾ ਤਾਂ ਸਭ ਕੁਛ ਹੁੰਦਾ ਚਾਰੋਂ ਬੰਨਿਓ ਚੀਜ਼ਾਂ ਆਉਂਦੀਆਂ ਹੀ ਨੇ ਪਰ ਜਦੋਂ ਚੀਜ਼ਾਂ ਜਾਂਦੀਆਂ ਨੇ ਉਸ ਸਮੇਂ ਦੇ ਵਿੱਚ ਤੁਸੀਂ ਇਹਨਾਂ ਨੂੰ ਕਿਵੇਂ ਵੇਖਿਆ ਔਰ ਕਿਵੇਂ ਸੰਭਾਲਿਆ ਉਸ ਟਾਈਮ ਦੇ ਵਿੱਚ ਕਿਸ ਤਰੀਕੇ ਦੇ ਨਾਲ ਜੇ ਕਹਿ ਲਈਏ ਸਰਕਾਰ ਦੀ ਮਦਦ ਦੀ ਗੱਲ ਕਰ ਲਓ ਜਾਂ ਸਪੋਰਟਸ ਅਕੈਡਮੀ ਵੱਲੋਂ ਕਹਿ ਲਓ ਸਪੋਰਟਸ ਫੀਲਡ ਵਾਲੇ ਪਾਸਿਓਂ ਕਹਿ ਲਓ ਕਿਸੇ ਵੀ ਪਾਸਿਓਂ ਜਦੋਂ ਲੱਗਦਾ ਨਾ ਕਿ ਉਮੀਦ ਹੁੰਦੀ ਹੈ ਪਰ ਉਮੀਦਾਂ ਕਈ ਵਾਰ ਟੁੱਟਣ ਲੱਗ ਜਾਂਦੀਆਂ ਨੇ ਹੌਲੀ ਹੌਲੀ ਉਹ ਸਮਾਂ ਵੀ ਤੁਸੀਂ ਵੇਖਿਆ ਜੀ ਬੜਾ ਦੇਖਿਆ ਜੀ ਹਾਂਜੀ ਅਸੀਂ ਤਾਂ ਜੀ ਮੰਨਤ ਹੀ ਨਹੀਂ ਲਿਆ ਇਹ ਵੱਲ ਜਦੋਂ ਸਾਡਾ ਮਨ ਟੁੱਟ ਗਿਆ ਜਦੋਂ ਫਿਰ ਵੀ ਛੱਡਤਾ ਖਿਆਲ ਫਿਰ ਅਸੀਂ ਨਹੀਂ ਜਦੋਂ ਸਾਡੇ ਕਿਸੇ ਨੇ ਸੁਣੀਆਂ ਨਹੀਂ ਸਰਕਾਰਾਂ ਨੇ ਕਿਸੇ ਨੇ ਹੋਰ ਨੇ ਵੀ ਫਿਰ ਅਸੀਂ ਅਸੀਂ ਬਸ ਮਨ ਹੀ ਮਾਰ ਲਿਆ ਆਪਦੇ ਘਰੀਂ ਗਰੀਬੀ ਕੱਟੀ ਅਸੀਂ ਹਾਂ ਅਸੀਂ ਤਾਂ ਜੀ ਬਸ ਤੈਨੂੰ ਪਤਾ ਹੀ ਆ ਹੁਣ ਅਸੀਂ ਸਾਡਾ ਮਾਹੌਲ ਇਹ ਹੈ ਜੀ ਪਿੰਡਾਂ ਵਾਲਿਆਂ ਦਾ ਗਰੀਬ ਪਰਿਵਾਰ ਤੀ ਛੋਟਾ ਜਿਹਾ ਵੀ ਔਖਾਂ ਬਹੁਤ ਕੱਟੀਆਂ ਨੇ ਅਸੀਂ ਪਰ ਇਹਨਾਂ ਦੇ ਮਨ 'ਤੇ ਨਹੀਂ ਮੈਂ ਲਿਆਉਣ ਦਿੱਤਾ ਸੀਗਾ ਵੀ ਸਾਨੂੰ ਦੱਸਿਆ ਆਪਦੇ ਮੈਂ ਆਪਦੇ ਮਾਂ ਆਪਦੇ ਸਰੀਰ ਨਾਲ ਕੱਟੀਆਂ ਨੇ ਆਪਦੇ ਬੱਚਿਆਂ ਨਾਲ ਕੱਟੀਆਂ ਨੇ ਔਖਾਂ ਨਾਲ ਤੁਹਾਡੇ ਨਾਲ ਗੱਲ ਕਰਕੇ ਨਾ ਮੈਨੂੰ ਇੰਨਾ ਮਜ਼ਾ ਆ ਰਿਹਾ ਤੁਸੀਂ ਇਹਨਾਂ ਦੇ ਮਨ 'ਤੇ ਲਿਆਉਣ ਨਹੀਂ ਦਿੱਤਾ ਅਤੇ ਇਸ ਸਿੰਘਣੀ ਸਾਹਿਬਾਂ ਨੂੰ ਇੰਨੀ ਹਿੰਮਤ ਆਉਂਦੀ ਕਿੱਥੋਂ ਸੀ ਬਹੁਤ ਹਿੰਮਤ ਮਹਾਰਾਜ ਨੇ ਦਿੱਤੀ ਜੀ ਮੈਨੂੰ ਵਾਹਿਗੁਰੂ ਨੇ ਉਹ ਮੈਨੂੰ ਸਾਥ ਦਿੱਤਾ ਵਾਹਿਗੁਰੂ ਨੂੰ ਮੰਨਦੇ ਆ ਜੀ ਇਸ ਤਾਂ ਮੈਂ ਤਾਂ ਗੁਰੂ ਘਰ ਨੂੰ ਮੰਨਦੀ ਹਾਂ ਗੁਰੂ ਨਾਨਕ ਦੇਵ ਨੂੰ ਸਾਨੂੰ ਉਹਨੇ ਬਹੁਤ ਕੁਛ ਦਿੱਤਾ ਜੀ ਹਾਂ ਅਸੀਂ ਮੰਨਤੀ ਨਹੀਂ ਆਪਦੇ ਘਰੇ ਦੇਵੇ ਪਰਮਾਤਮਾ ਜਿਹੜਾ ਦੇ ਕੇ ਨਾ ਮੰਗੇ ਅਸੀਂ ਕਿਸੇ ਕਨੀ ਆਸ ਨਹੀਂ ਕਰੀ ਹੈਗੀ ਜੀ ਅਤੇ ਇੱਕ ਗੱਲ ਮੈਂ ਕਹਿ ਸਕਦੀ ਹਾਂ ਵੀ ਬਾਹਰਲੀ ਦੁਨੀਆ ਲਈ ਇਹ ਹੀਰੋ ਸੀ ਅਤੇ ਇਹਨਾਂ ਦੇ ਘਰ ਦੇ ਹੀਰੋ ਤੁਸੀਂ ਸੀਗੇ ਕਿਆ ਹੀਰੋ ਸੀਗੇ ਇਹਨਾਂ ਦੇ ਘਰ ਦੀ ਜੀ ਇਹ ਬਾਹਰਲੇ ਹੀਰੋ ਸੀ ਜੀ ਹਾਂ ਇਹ ਮੈਨੂੰ ਬੜਾ ਜੀ ਉਹ ਰੱਖਦੇ ਤੇ ਮੈਂ ਇਹਨਾਂ ਨੂੰ ਬੜਾ ਚਾ ਉਹ ਪਿਆਰ ਦਿੰਦੀ ਤੀ ਇਹ ਮੈਨੂੰ ਬੜਾ ਪਿਆਰ ਦਿੰਦੇ ਤੇ ਹਾਂਜੀ ਸਾਡੀ ਬਹੁਤ ਜੋੜੀ ਵਧੀਆ ਬਣੀ ਹੋਈ ਤੀ ਸਾਡੀ ਅੱਜ ਵੀ ਬਹੁਤ ਸੋਹਣੀ ਲੱਗਦੀ ਹੈ ਸ਼ੈਲ ਲੱਗਦੇ ਹੋ ਦੋਵੇਂ ਇਕੱਠੇ ਨਾ ਜੀ ਅਸੀਂ ਜਮੀ ਨਹੀਂ ਇਹੋ ਕਰਿਆ ਜੀ ਸਾਡਾ ਜਮੀ ਫਰਕ ਨਹੀਂ ਆਇਆ ਇਤਰਾਜ਼ ਨਹੀਂ ਆਇਆ ਜਮੀ ਅਸੀਂ ਲੜੇ ਨਹੀਂ ਕਦੇ ਮੈਨੂੰ ਘੂਰਿਆ ਨਹੀਂ ਕੁਛ ਵੀ ਮੈਂ ਤੁਸੀਂ ਘੂਰਦੇ ਹੋਵੋਗੇ ਨਾ ਮੈਂ ਘੂਰਦੀ ਹਾਂ ਜੀ ਜਦੋਂ ਥੋੜ੍ਹੀ ਜਿਹੀ ਪੀ ਲੈਂਦਾ ਦਾਰੂ ਉਸ ਤੋਂ ਬਾਅਦ ਆਥਣੇ ਜਦੋਂ ਪੀ ਲੈਂਦੇ ਨੇ ਉਦੋਂ ਮੈਂ ਘੂਰਦੀ ਹਾਂ ਉਦੋਂ ਮੈਨੂੰ ਮੌਕਾ ਲੱਗ ਜਾਂਦਾ ਜੀ ਅੱਛਾ ਕੌਰ ਸਿੰਘ ਜੀ ਅੱਜ ਜ਼ਿੰਦਗੀ ਕੀ ਹੈ ਅੱਜ ਜ਼ਿੰਦਗੀ ਦੇ ਵਿੱਚ ਜੀ ਸਕੂਨ ਹੈ ਕਿਸ ਤਰ੍ਹਾਂ ਜਿਉਂਦੇ ਹੋ ਉਸ ਪਲ ਨੂੰ ਬਸ ਜਿਉਂਦੇ ਤਾਂ ਵਧੀਆ ਜੀ ਲੇਕਿਨ ਹੈਗੇ ਨੇ ਦੇਖਭਾਲ ਕਰੀ ਜਾਂਦੇ ਨੇ ਹਾਂਜੀ ਤਾਂ ਲੱਤਾਂ ਬਾਹਾਂ ਨਹੀਂ ਕੰਮ ਕਰਦੀਆਂ ਜੀ ਅਤੇ ਦਵਾਈ ਲਿਆਉਂਦੇ ਨੇ ਹੱਥਾਂ ਤੜਕੇ ਦਵਾਈ ਦਿੰਦੇ ਨੇ ਦੇਖਭਾਲ ਕਰੀ ਜਾਂਦੇ ਨੇ ਘੂਰੀ ਵੀ ਵੱਟ ਦਿੰਦੇ ਨੇ ਫਿਰ ਹੈ ਨਾ ਸੋ ਫਿਲਮ ਦੀ ਗੱਲ ਜ਼ਰੂਰ ਕਰਨਾ ਚਾਹਾਂਗੀ ਜਦੋਂ ਅਸੀਂ ਕੋਈ ਬਾਇਓਪਿਕ ਕਰਦੇ ਹਾਂ ਤਾਂ ਹੋਮਵਰਕ ਔਰ ਰਿਸਰਚ ਬਹੁਤ ਹੁੰਦਾ ਸੋ ਕਿਸ ਤਰ੍ਹਾਂ ਦੇ ਓਬਸਟੈਕਲਸ ਸਪੈਸੀਫਿਕਲੀ ਬਾਇਓਪਿਕ ਦੇ ਦੌਰਾਨ ਤੁਹਾਨੂੰ ਦੋਨਾਂ ਨੂੰ ਆਏ ਨੇ ਦੇਖੋ ਮੇਨਲੀ ਤਾਂ ਉਹੀ ਹੈ ਵੀ ਜਿਵੇਂ ਦੱਸਿਆ ਵੀ ਆਪਾਂ ਇੱਕ ਸਾਲ ਪਹਿਲਾਂ ਹੀ ਪ੍ਰਿਪਰੇਸ਼ਨ ਸ਼ੁਰੂ ਕੀਤੀ ਸੀ ਸੋ ਓਬਵੀਅਸਲੀ ਫਿਰ ਡਿਟਰਮਿਨਡ ਮਾਇੰਡ ਨੇ ਰਾਈਟ ਪੀਪਲ ਨੇ ਤੁਸੀਂ ਬੜੇ ਕ੍ਰੀਏਟਿਵ ਬੰਦੇ ਨਾਲ ਕੰਮ ਕਰ ਰਹੇ ਹੋ ਜਿਵੇਂ ਮਿਸਟਰ ਵਿਕਰਮ ਪ੍ਰਧਾਨ ਹੋ ਗਏ ਜੀ ਜਾਂ ਤੱਖੜ ਜੀ ਹੋ ਗਏ ਬਾਕੀ ਜਿਹੜੇ ਸਾਰੀ ਹੈ ਨਾ ਟੀਮ ਹੈਗੀ ਹੈ ਮਿਊਜ਼ੀਸ਼ੀਅਨਸ ਨੇ ਹੈ ਨਾ ਫਿਰ ਓਬਵੀਅਸਲੀ ਜਦੋਂ ਆਲਰੇਡੀ ਉਹ ਕ੍ਰੀਏਟਿਵ ਪੀਪਲ ਨੇ ਕ੍ਰੀਏਟਿਵ ਮਾਇੰਡਸ ਨੇ ਫਿਰ ਪ੍ਰੋਜੈਕਟ ਅਸੈਂਬਲ ਹੋ ਜਾਂਦਾ ਪ੍ਰੋਪਰਲੀ ਜੀ ਸੋ ਤੁਹਾਡੇ ਕੋਲ ਹਾਂਜੀ ਜਿਹਨੇ ਸਾਨੂੰ ਦੱਸਿਆ ਕਿ ਸਾਰੀ ਟੀਮ ਬਹੁਤ ਵਧੀਆ ਸੀ ਵਿਕਰਮ ਪ੍ਰਧਾਨ ਜੀ ਸਾਡੇ ਡਾਇਰੈਕਟਰ ਬਹੁਤ ਵਧੀਆ ਉਹਨਾਂ ਨੇ ਸਾਨੂੰ ਗਾਈਡ ਕੀਤਾ ਹੈ ਨਾ ਕੁਛ ਵੀ ਸਾਨੂੰ ਪ੍ਰੋਬਲਮ ਆਉਂਦੀ ਸੀਗੀ ਤਾਂ ਅਸੀਂ ਉਹਨਾਂ ਨੂੰ ਪੁੱਛਿਆ ਸਰ ਇੱਥੇ ਇੱਦਾਂ ਲੱਗਦਾ ਤਾਂ ਆਪਾਂ ਇੱਦਾਂ ਕਿਵੇਂ ਕਰੀਏ ਹੈ ਨਾ ਉਹ ਦੱਸ ਦਿੰਦੇ ਸੀਗੇ
कि मतलब सैट पर कोई भी प्रॉब्लम नहीं आई सानू, मतलब बहुत ईजीली शूट होया, जिदा पहले थोड़ा डर लगता सी कि बायोपिक का मतलब निभा जाइए है ना, वो करैक्टर निभाना बहुत वड्डी गल है किसी लई, किसी का तुसी करैक्टर अपने आप विच ढालना, तो बट बहुत सोहनी मूवी बनी है, बहुत सोहना करैक्टर बलजीत जी का मैं प्ले किया। बीइंग अ वूमन मैं एक गल जरूर पूछना चाहवागी, एक औरत कहिंदे भी एक परमात्मा की इहो जी क्रिएशन है, जे प्यार है तो प्यार भी बहुत है, वह दसा नूं सांभ सकदी है, तो जे वह अपने रूप च आउंदी है तो वह मतलब किसी भी हद तक जा सक। सो तुसी इन्हां दा अहसास फिल्म दे विच लैके आए हो, जदों एक आदमी एक उच्चे म्यार तो हौली हौली नीचे आउंदा है, टुटदा है, जिंदगी दीआं मुसीबतां नूं देखदा है, वाइफ बेशक उहनूं संभाल लैंदी है, पर वह जिहड़ा पेन या फील है प्रभ जी करैक्टर करते करते कि उस चीज़ ने तुहानूं कितें ना कितें प्रभावित या इमोशनल किया? बहुत ज़्यादा, मतलब हर चीज़ जो असी मतलब साड़ी गरीबी आँदी सी है ना, मैं मतलब अपने आप अंदर रो लेंदी सी कि इन्हां नूं शो नहीं सी करती है ना, वो चीज़ उहदे च बहुत सोहना एक सीन आ कि मैं इन्हां नूं देखिया टुटदे, तो मैं वह किदा मतलब उन्होंने मैं देख रही हूँ, तो मैं अपने अंदर ही वो सारा कुछ पील रही हूँ है ना, मतलब सही है कि वूमेन्स विच बहुत ज़्यादा पावर होंगी है कि तुसी अपने आप नूं संभाल लैंदी आ, बट किसी नूं नहीं शो कर दिंदी। राइट, सो तुहाडे कोलो मैं जरूर पूछना चाहवागी कि हुण जिहड़ी इह बायोपिक तुसी कीती है ना, पहली गल तां इह है कि नाल बैठे होए ने दोवें जने, अज भी उह फील उह अहसास है ना, एक अंदर एक खुशी है। सो जदों इह बायोपिक हो गई है, हुण तां सिल्वर स्क्रीन ते लगण दा टाइम आ गया है, अज करम जी की सोचते ने इस बायोपिक टू लैके? देखो जो स्टोरी जदों सारे ऑडियंस देखूगी, एक रियलिटी चैक होगा भी, मैं ना एक होर इंटरव्यू देखी है, मिस्टर मक्खन सिंह होए है, उन्होंने ना मिल्खा सिंह नूं भी हराया सीगा, तो उन्होंने घर के हालात इन्ने माड़े हो गए थे कि उन्होंने वाइफ कहती भी जदों इन्होंने अपने बैटिंग दे विच बैट नीलाम करते, बॉलां नीलाम करतियां, भी मेरे को तो हुण कुछ है नहीं है, भी आ तुसीं अर्जुन अवार्ड नीलाम करा लो, हालत देखो ही, अपना मैडल कह रहे नीलाम करा लो, ठीक है। उस तो बाद मैं एक होर एथलीट बारे पढ़िया भी उसका एक्सीडेंट होया, एक्सीडेंट होने तो बाद भी वो जिसकी डैथ हुई, डैथ च कहिंदे भी उसका एक्सीडेंट हो गया, तो बाद दे विच उसकी जो पोस्टमार्टम रिपोर्ट तो पता लग गया भी वो तीन दिन तो उन्हें रोटी नहीं मिली तां करके मर गया। तुसीं हालत देख लो भी, रियलिटी चैक की हैगा भी, बंदा अपना सारा घर बार छड्ड के किसी कंट्री लई इन्ना कुछ करता है, तो उस तो बाद एंड रिजल्ट्स की ने, है ना, तो तुसीं मतलब एक कला भी क्रिकेट नूं लै के प्रायोरिटी छड्ड के बाकी सारे नूं धक्के मारने, वो सो रियलिटी चैक, बहुत बड़ा रियलिटी चैक है। बिल्कुल, तो अपने आप नूं हुण फिल्म वेखन जाओगे, देखना है अपनी एक बार लाइफ नूं पूरा रिवाइंड फॉरवर्ड हुंदे होए? पक्का देखांगे, पक्का देखांगे। हाँ जी, सो अच्छा तुसीं अपनी लाइफ का केड़ा पार्ट जे कहो भी, एक बार कहिंदे ना एक बार वो समा सी वो दोबारा आना चाहिए, या जिहनूं तुसीं भी हुण स्क्रीन ते वेखण दे इच्छुक हो? मैं तो कदे सोची नहीं, जिन्ने कंपीटीशन में खेडिया मैं कदे ये नहीं सोचा कि मैं हार के आऊंगा। अच्छा, क्या मैं एशियन बॉक्सिंग चैंपियनशिप आए तीन साल बाद आउंदी है, ये मैं तीन खेडा, तिना की मैं गोल्ड हाँ, एशियन गेम का मैं गोल्ड हाँ, तो नैशनल चैंपियन भी मैं बहुत साल ही रहा, फिर मैं ऊ भी चांस भी दिता लोगों को भी लै भाई मैं एक साइड ते हो जाना ते तू मुल्दा खेड। अच्छा जी, क्या बात है, ते कोई एहो जी मोमेंट है फाइट दा किसे ऐदा दे कोई तुसी गए हो वो खेडन ते ओ बस दिल च वड़ गया होवे, ओ ना कदी खेड निकली होवे, ओ पल ना कदे निकले हुन? वैसे ता तुसी 71 तो लैके 84 तक कीता है ना, सारे इंपोर्टेंट होणगे, ਪ੍ਰੈਜ਼ੈਂਟ ਤਾਂ ਹੋ ਗਏ ਕਿ ਇਹ ਕਿੰਗ ਕੱਪ ਹੁੰਦਾ ਹੁੰਦਾ ਇੱਕ, ਵਰਲਡ ਕੱਪ ਕਹਿੰਦੇ ਨੇ ਉਹਨੂੰ, ਕਿੰਗ ਕੱਪ ਵੀ ਕਹਿ ਦਿੰਦੇ ਨੇ, ਅਸੀਂ ਉਹ 'ਚ ਗਏ ਤੇ ਜਿੱਥੋਂ ਮਤਲਬ ਉਹ ਹੋਇਆ ਅਸੀਂ ਗਏ ਤੇ ਮੇਰਾ ਨਾਂ ਕੱਟਤਾ ਉਹਨਾਂ ਨੇ, ਬਸ ਕੁਛ ਅਸੀਂ ਕੋਈ ਪ੍ਰੋਬਲਮ ਆ ਗਈ, ਮਤਲਬ ਜਿੱਦੇ ਟਰਾਇਲ ਲੈਣ ਆਏ ਤੇ ਉਹਦੇ ਕੋਈ ਪ੍ਰੋਬਲਮ ਆ ਗਈ, ਮੈਂ ਕਿਹਾ ਮੈਥੋਂ ਟਰਾਇਲ ਨਹੀਂ ਦਿੱਤੇ ਜਾਂਦੇ, ਚੱਲ ਮੈਂ ਮਾੜੇ ਮੋਟੇ ਟਰਾਇਲ ਦੇ ਤੇ ਉਹਨਾਂ ਨੇ ਮੇਰਾ ਨਾਂ ਕੱਟਤਾ, ਮੈਂ ਇੰਡੀਆ ਕੱਪ ਛੱਡ ਕੇ ਵਗ ਗਿਆ। ਅੱਛਾ, ਫਿਰ ਇੱਕ ਬੰਬੇ ਦਾ ਹੁੰਦਾ ਸੀ ਕੈਪਟਨ ਰਜਾਨੀਆ, ਅਤੇ ਉਹ ਕਹਿੰਦਾ ਵੀ ਮੈਂ ਤੈਨੂੰ ਲੈ ਕੇ ਜਾਊਂ, ਫਿਰ ਉਹਦੇ ਵੇਟ 'ਚ ਦੋ ਬੰਦੇ ਜਾ ਸਕਦੇ ਨੇ, ਉਹ ਜਿਹੜੇ ਕੰਪੀਟੀਸ਼ਨ ਆ ਉਹ ਉਹਦੇ 'ਚ ਮਤਲਬ ਦੋ ਬੰਦੇ ਇੱਕ ਵੇਟ 'ਚ ਜਾ ਸਕਦੇ ਨੇ, ਨਾਲੇ ਤਾਂ ਫਿਰ ਉਹ ਮੇਰੇ ਵੇਟ ਦਾ ਹੋ ਗਿਆ ਨਾਲੇ ਮੈਂ ਗਿਆ, ਅਸੀਂ ਅੱਗੇ ਜਾ ਕੇ
ਜਦੋਂ ਕੰਪੀਟੀਸ਼ਨ ਸ਼ੁਰੂ ਹੋਇਆ, ਕੰਪੀਟੀਸ਼ਨ ਵੀ ਲੰਬਾ ਚੌੜਾ ਚੱਲਦਾ ਉਹਦੀ ਕੋਰੀਅਨ, ਉਹ ਦੂਜੇ ਪੋਲ 'ਚ ਪੈ ਗਿਆ, ਮੈਂ ਦੂਜੇ 'ਚ ਪੈ ਗਿਆ। ਉਹਨੇ ਤਾਂ ਕੋਰੀ ਵਾਲੇ ਨੇ ਪਹਿਲੇ ਰਾਊਂਡ 'ਚ ਮਾਰਿਆ ਚਲਾ ਕੇ, ਮੈਂ ਦੂਜੇ ਪੋਲ 'ਚ। ਕੁਛ ਦਿਨਾਂ ਬਾਅਦ 5-7 ਫਾਈਟਾਂ ਉਹ ਵੀ ਜਿੱਤਦਾ ਰਿਹਾ, ਮੈਂ ਵੀ ਜਿੱਤਦਾ ਰਿਹਾ, ਫਾਈਨਲ 'ਚ ਜਾ ਕੇ ਭਿੜ ਗਏ ਦੋਨੋਂ। ਫਿਰ ਕੌਣ ਜਿੱਤਿਆ? ਹਾਂ, ਫਿਰ ਮੈਂ ਜਿੱਤਿਆ। ਕਿਆ ਬਾਤ ਹੈ, ਬਹੁਤ ਖੂਬ। ਫਿਰ ਉਦੋਂ ਬਾਅਦ ਉਹਨੂੰ ਉਹ ਵੀ ਮੈਂ ਜਿੱਤਿਆ। ਫਿਰ ਉਦੋਂ ਬਾਅਦ ਅਗਲੀ ਏਸ਼ੀਅਨ ਬੋਕਸਿੰਗ ਚੈਂਪੀਅਨਸ਼ਿਪ ਹੋਣੀ ਸੀ, ਉੱਥੇ ਕੋਰੀਆ ਹੋਣੀ ਸੀ। ਕੋਰੀਆ ਵੀ ਮੈਂ ਲਾਸਟ ਫਾਈਨਲ ਦੇ ਵਿੱਚ ਉਹਨੂੰ ਖੁਦ ਉਹਦੇ ਮੁਲਕ 'ਚ ਖੁਦ ਜਿੱਤਿਆ। ਕਿਆ ਬਾਤ ਹੈ, ਉਹਨਾਂ ਦੇ ਮੁਲਕ 'ਚ ਉਹਨਾਂ ਨੂੰ ਹਰਾ ਕੇ? ਉਹਨੂੰ ਹਰਾ। ਅੱਛਾ, ਅਤੇ ਅੱਛਾ ਇੱਕ ਗੱਲ ਦੱਸੋ, ਜਦੋਂ ਤੁਸੀਂ ਸਾਰੇ ਖੇਡਦੇ ਹੋ ਵੀ ਸਾਰੇ ਇੱਕੋ ਜਿਹੀ ਤੁਹਾਡੀ ਟੀਮ ਹੁੰਦੀ ਹੈ ਨਾ, ਅਤੇ ਸਭ ਦੇ ਕੋਈ ਨਾ ਕੋਈ ਨਾਂ ਪਾਏ ਹੁੰਦੇ ਨੇ, ਤੁਹਾਨੂੰ ਕੌਰ ਸਿੰਘ ਕਹਿ ਕੇ ਬੁਲਾਉਂਦੇ ਸੀ, ਤੁਹਾਡਾ ਵੀ ਕੋਈ ਪਿਆਰ ਨਾਲ ਨਾਮ ਰੱਖਿਆ ਹੋਇਆ ਸੀ? ਕੋਈ ਨਹੀਂ, ਮੈਨੂੰ ਤਾਂ ਕੌਰ ਸਿੰਘ ਹੀ, ਕੌਰ ਸਿੰਘ ਹੀ ਕਹਿੰਦੇ ਸੀਗੇ। ਅੱਛਾ, ਜਦੋਂ ਉਦੋਂ ਯਾਰੀ ਦੋਸਤੀ ਦੀ ਗੱਲ ਕਰ ਲਈਏ, ਹੈ ਨਾ, ਉਦੋਂ ਗੱਲ ਕਰ ਲਈਏ ਵੀ ਇੱਕ ਸਾਂਝ ਹੁੰਦੀ ਸੀ, ਵਾਪਸ ਪਿੰਡ ਆਉਂਦੇ ਸੀ, ਇੱਕ ਟੌਹਰ ਹੁੰਦੀ ਸੀਗੀ, ਅਤੇ ਅੱਜ ਜਦੋਂ ਉਹਨਾਂ ਵਿੱਚੋਂ ਕਿਸੇ ਮਿੱਤਰ ਨਾਲ ਕੋਈ ਨਾਲ ਹੈਗਾ ਤੁਹਾਡੇ? ਨਹੀਂ, ਮੇਰੇ ਨਾਲ ਸਭ ਹੋ। ਅੱਛਾ ਜੀ, ਅਤੇ ਮਤਲਬ ਐਂ ਜੇਕੋ ਹੁਣ ਮੈਂ ਏਸ਼ੀਅਨ ਗੇਮ ਦਿੱਲੀ ਹੋਈ ਤੀ, ਉਦੋਂ ਗੋਲਡ ਮੈਡਲ ਲਿਆ ਸੀ ਮੈਂ, ਅਤੇ ਜਦੋਂ ਮੈਂ ਆਇਆ ਅਤੇ ਮੈਨੂੰ ਮਤਲਬ ਰੇਲਵੇ ਸਟੇਸ਼ਨ ਤੋਂ ਲੈ ਕੇ ਕਿਉਂਕਿ ਹੁਣ 10 ਕਿਲੋਮੀਟਰ ਦਾ ਏਰੀਆ, ਬੜਾ ਮਤਲਬ ਮੈਨੂੰ ਹਾਰਾਂ ਨਾਲ ਗੱਡੀਆਂ ਨਾਲ ਬੜਾ ਸਨਮਾਨਿਤ ਕਰਿਆ। ਸੋ ਉਹ ਮਾਣ ਅੱਜ ਵੀ ਸੀਨੇ 'ਚ ਹੈ, ਹੈ ਨਾ ਜੀ। ਤੁਸੀਂ ਟੀ ਵੀ 'ਚ ਵੇਖਣਾ ਪਸੰਦ ਕਰਦੇ ਸੀ, 2 ਦਿਨ ਪਹਿਲਾਂ ਇਹਨਾਂ ਨੂੰ ਵਾਪਸ ਘੱਲ ਦਿੰਦੇ ਸੀ, ਮੈਡਲਸ ਸਾਂਭ ਸਾਂਭ ਰੱਖਦੇ ਹੋਵੋਗੇ, ਜਦੋਂ ਗੋਲਡ ਮੈਡਲ ਘਰ ਆਉਂਦੇ ਸੀ ਲੋਕ ਮਾਣ ਕਰਦੇ ਸੀ, ਉਹਨਾਂ ਮੈਡਲਸ ਦੇ ਉੱਤੇ ਤੁਸੀਂ ਧੂੜ ਪੈਂਦੀ ਵੀ ਦੇਖੀ ਹੈ, ਦਿਲ 'ਚ ਚੀਸ ਵੀ ਉੱਠੀ ਹੋਣੀ ਹੈ ਇੱਕ ਵਾਰ ਕਿ ਇਹਨਾਂ ਮੈਡਲਾਂ ਦਾ ਮੈਂ ਕੀ ਕਰਾਂ? ਹਾਂਜੀ, ਬਹੁਤ ਵੀ ਇਹ ਮਾਰੇ ਮੱਥੇ, ਇਹਨਾਂ ਨੂੰ ਕੀ ਕਰਾਂਗੇ ਅਸੀਂ, ਸਾਡੇ ਕੀ ਕੰਮ ਨੇ ਇਹ? ਹਾਂ, ਪਏ ਨੇ, ਕੋਈ ਲੈ ਗਏ ਚੱਕ ਕੇ, ਲੈ ਗਏ ਫੋਟੋਆਂ, ਲੈ ਗਏ ਮੈਡਲ, ਲੈ ਗਏ, ਉਦੋਂ ਕਿਹੜਾ ਪਿਆਰ ਸੀਗਾ ਵੀ ਆਪਾਂ ਕੀ ਕਰਨੇ ਨੇ ਇਹ, ਵੀ ਮੁੱਕੀਆਂ ਖਾ ਖਾ ਤਾਂ ਬੋਦਾ ਹੋ ਗਏ, ਉਹ ਬਾਹਰ ਗਏ ਹੋਏ, ਵੀ ਇਹ ਆਪਣੇ ਮੱਥੇ ਮਾਰੇ, ਇਹਨਾਂ ਨੂੰ ਕੀ ਸਾਂਭਾਂਗੇ ਆਪਾਂ ਹੁਣ ਇਹਨਾਂ ਨੂੰ? ਹਾਂ, ਅਸੀਂ ਰੁੜਦੇ ਫਿਰੀ ਗਏ ਜੀ। ਹਾਂ, ਲੇਕਿਨ ਅੱਜ ਜ਼ਿੰਦਗੀ 'ਚ ਕੁਛ ਠਹਿਰਾਫ ਮਹਿਸੂਸ ਕਰਦੇ ਹੋ ਦੋਵੇਂ ਬਹਿਨੇ ਹੋ ਜਦੋਂ? ਹਾਂਜੀ, ਹੁਣ ਸਾਨੂੰ ਜਿਹੜਾ ਹੌਂਸਲਾ ਹੋ ਗਿਆ ਸਾਡਾ, ਵੀ ਸਾਡਾ ਜਿਹੜਾ ਦੁਨੀਆ 'ਤੇ ਨਾਂ ਵੀ ਕਿਸੇ ਨੇ ਲਿਆ ਕੱਢਿਆ, ਵੀ ਸਾਨੂੰ ਯਾਦ ਕਰਿਆ। ਤੇ ਹੁਣ ਜਦੋਂ ਫਿਲਮ ਬਣ ਰਹੀ ਹੈ? ਹਾਂਜੀ, ਬਹੁਤ ਬੜਾ ਚਾਅ ਚੜਿਆ ਜੀ ਸਾਨੂੰ, ਬੜਾ ਚਾਅ ਚੜਿਆ ਜੀ ਉਦੋਂ ਜਦੋਂ ਗਏ ਅਸੀਂ ਉੱਥੇ ਇੱਥੇ ਚੰਡੀਗੜ੍ਹ ਬੁਲਾਏ ਅਸੀਂ, ਗਾਣਾ ਸੁਣ ਕੇ ਸਾਨੂੰ ਬੜਾ ਚਾਅ ਚੜਿਆ, ਸਾਨੂੰ ਬੜਾ, ਸਾਨੂੰ ਇੰਨਾ ਜੀ ਲੱਗਿਆ ਸਾਨੂੰ, ਸਾਨੂੰ ਸਾਰੇ ਦੇਖਣ ਵੀ ਹਾਂ ਬੜਿਆ ਸੋਹਣਾ ਕਰਿਆ ਇਹਦਾ। ਅੱਛਾ, ਤੁਸੀਂ ਦੋਵੇਂ ਜਣੇ ਅਖੀਰਲੀ ਫਿਲਮ ਦੇਖਣ ਕਿਹੜੀ ਗਏ ਸੀ, ਸਿਨੇਮੇ ਗਏ ਹੋ ਤੁਸੀਂ? ਨਾ ਜੀ, ਅਸੀਂ ਕਿਤੇ ਨਹੀਂ, ਕਦੀ ਨਹੀਂ ਗਏ। ਨਾ ਜੀ, ਅਸੀਂ ਤਾਂ ਕਦੇ ਦੇਖੀ ਨਹੀਂ, ਟੀਵੀ 'ਤੇ ਦੇਖੇ, ਟੀਵੀ 'ਤੇ ਵੇਖੀਆਂ, ਟੀਵੀ 'ਤੇ ਦੇ ਦਿਓ, ਪੁਰਾਣੇ ਟੀਵੀ 'ਤੇ ਅੱਗੇ ਛੋਟੇ ਛੋਟੇ ਅੱਗੇ ਪੁਰਾਣੇ ਟੀਵੀ ਹੁੰਦੇ ਜੀ। ਹਾਂ, ਹੁਣ ਤਾਂ ਆਇਆ ਆਹ ਲੱਗ ਗਈਆਂ LCD-ਆਂ, ਅੱਗੇ ਛੋਟੇ ਜਿਹੇ ਹੁੰਦੇ ਤੇ ਜੀ, ਉਹ ਤੇ ਦੇਖਦੇ ਹੁੰਦੇ ਤੇ। ਅੱਛਾ, ਤੇ ਹੁਣ ਜਿਹੜੀ ਪਹਿਲੀ ਫਿਲਮ ਜ਼ਿੰਦਗੀ 'ਚ ਪਹਿਲੀ ਵਾਰ ਸਿਨੇਮਾ ਘਰਾਂ 'ਚ ਵੇਖਣੀ ਜਾਣਾ ਹੈ, ਉਹ ਦੋਵਾਂ ਜਣਿਆਂ ਨੇ ਜਾਣਾ? ਨਹੀਂ, ਹਾਂਜੀ ਹਾਂ, ਸੂਟ ਸਵਾ ਲਿਆ? ਹਾਂਜੀ, ਸਵਾ ਲਾਂਗੇ, ਦੱਸੋ ਜੇ ਸਾਨੂੰ ਦਿਖਾਓਗੇ। ਸੋ ਬਹੁਤ ਵਧੀਆ ਗੱਲ ਹੈ, ਐਂਡ ਆਮ ਬਹੁਤ ਖੁਸ਼ੀ ਹੈ। ਤੁਸੀਂ ਸੂਟ ਵੀ ਤੁਸੀਂ ਸਵਾਓਗੇ ਮੈਨੂੰ? ਠੀਕ ਹੈ, ਆਪਦੇ ਰਿਵਾਜ਼ ਦਾ ਕਿਹੜੇ ਰੰਗ ਦਾ ਦੱਸ ਦਿਓ, ਰੰਗ ਦੱਸ ਦਿਓ। ਬੱਚਿਆਂ ਨੂੰ ਜਦੋਂ ਵੀ ਮਾਂ ਪਿਓ ਲਈ ਕੁਛ ਕਰਨ ਦਾ ਮੌਕਾ ਮਿਲਦਾ, ਚਾਹ ਹੀ ਚੜ੍ਹਦਾ ਸਾਨੂੰ ਵੀ, ਹੈ ਨਾ। ਸੋ ਸੰਤ, ਇੰਨੀ ਬੜੀ ਖੁਸ਼ੀ ਹੈ ਵੀ ਤੁਸੀਂ ਇੱਕ ਵਾਰ ਆਪਣੀ ਜ਼ਿੰਦਗੀ ਦੁਬਾਰਾ ਦੋਵੇਂ ਜਣੇ ਪਹਿਲੀ ਵਾਰ ਫਿਲਮ ਦੇਖੋਗੇ, ਉਹ ਵੀ ਇਹਨਾਂ 'ਤੇ ਬਣੀ ਹੋਈ। ਮੈਨੂੰ ਦੁਨੀਆ ਭਰ ਦੇ ਟੈਲੀਫੋਨ ਹੁੰਦੇ ਨੇ, ਵਧਾਈਆਂ ਦਿੰਦੇ ਨੇ, ਹੋਰ ਕਰਦੇ ਨੇ। ਆ ਮੈਨੂੰ ਹੁਣ ਵੀ ਇਹਨਾਂ ਦੇ ਆਉਣ ਤੋਂ ਪਹਿਲਾਂ ਉੱਥੋਂ ਲੱਗੀ ਹੋਈ ਹੈ ਸਾਡੀ ਪੜ੍ਹਾਉਂਦੀ ਨੂੰ, ਉਹਦੀਆਂ ਸਾਰੀਆਂ ਟੀਚਰਾਂ ਸਾਥਣਾ ਸਹੇਲੀਆਂ ਕਹਿੰਦੇ ਬੱਸ ਕਰਾ ਕੇ ਜਾਵਾਂ, ਕਹਿੰਦੀ ਹਾਂ ਮੈਂ ਬੱਸ ਕਰਾ ਕੇ ਲੈ ਕੇ ਜਾਊਂਗੀ ਫਰੀ ਦੀ। ਹਾਂ, ਇੰਨਾ ਚਾਹ ਹੋ ਰਿਹਾ, ਹਾਂ ਵੀ ਫਿਲਮ ਦਿਖਾ ਕੇ ਲਿਆਉਂ ਸਾਨੂੰ। ਹਾਂ, ਕੀ ਕਹਿ ਰਹੇ ਸੀ, ਫੋਨ ਆਉਂਦੇ ਨੇ? ਹਾਂ ਵੀ ਮਤਲਬ ਸਾਰਾ ਜਿਹੜਾ ਮਿਲਦਾ ਉਹੀ ਮੈਨੂੰ ਹਰੇਕ ਕਹਿੰਦਾ, ਬਹੁਤ ਵਧੀਆ ਕੰਮ ਜੀ। ਅੱਜ ਮਨ ਸੰਤੁਸ਼ਟ ਹੈ ਤੁਹਾਡਾ ਕੌਰ ਸਿੰਘ ਜੀ? ਮਨ ਸੰਤੁਸ਼ਟ ਹੈ? ਹਾਂ।
ਪੂਰੀ ਤਰ੍ਹਾਂ ਜੀ ਤੁਹਾਡੇ ਮਨ 'ਚ ਕੁਛ ਹੈ ਜਾਂ ਤੁਸੀਂ ਵੀ ਬਹੁਤ ਤੁਹਾਡੀ ਆਇਆਂ ਦੀ ਬਹੁਤ ਖੁਸ਼ੀ ਹੋਈ ਹੈ ਸਾਨੂੰ ਪਰਮਾਤਮਾ ਤੰਦਰੁਸਤੀ ਬਖਸ਼ੇ ਤੇ ਪਹਿਲੀ ਫਿਲਮ ਜਿਹੜੀ ਤੁਸੀਂ ਜਾਣੀ ਹੈ ਵੇਖਣ ਤੇ ਉਹ ਆਈ ਆਈ ਐਮ ਸ਼ੋਰ ਕਿ ਤੁਹਾਡਾ ਬਹੁਤ ਸੋਹਣਾ ਅਹਿਸਾਸ ਹੋਵੇ ਹੈ ਨਾ ਸੋ ਬਹੁਤ ਸ਼ੁਕਰੀਆ ਬਸ ਬਾਲਕ ਤੰਦਰੁਸਤੀ ਬਖਸ਼ੇ ਸਾਨੂੰ ਬਿਲਕੁਲ ਤੁਹਾਡੀ ਉਮਰ ਵੀ ਬੜੀ ਲੰਬੀ ਹੈ ਅਤੇ ਹੈਗੀ ਵੀ ਬੜੀ ਤੰਦਰੁਸਤੀ ਵਾਲੀ ਹੈ ਜੀ ਤੋ ਬਹੁਤ ਸ਼ੁਕਰੀਆ ਅਤੇ ਤੁਹਾਡੇ ਦੋਨਾਂ ਨੂੰ ਜਾਣ ਤੋਂ ਪਹਿਲਾਂ ਜ਼ਰੂਰ ਇੱਕ ਇੱਕ ਗੱਲ ਪੁੱਛਣਾ ਚਾਹਾਂਗੀ ਕਿ ਕੌਰ ਸਿੰਘ ਇਜ਼ ਇਕੁਅਲ ਟੂ ਵਾਟ ਟੂ ਯੂ ਐਂਡ ਕੀ ਯੂ ਐਸ ਪੀ ਆਡੀਅੰਸ ਦੇ ਲਈ ਤੁਸੀਂ ਇਸ ਵਾਰ ਲੈ ਕੇ ਆ ਰਹੇ ਹੋ ਕਿ ਤੁਹਾਨੂੰ ਲੱਗਦਾ ਕਿ ਹਾਂ ਅਸੀਂ ਜੋ ਵੀ ਕੀਤਾ ਇਹ ਬਿਲਕੁਲ ਸਹੀ ਡਿਸੀਜਨ ਹੈ ਹਾਂਜੀ ਦੇਖੋ ਕੌਰ ਸਿੰਘ ਦਾ ਗੋਡਫਾਦਰ ਹੈ ਇੱਕ ਮਿਸਟਰ ਵਿਕਰਮ ਜੀ ਹੋ ਗਏ ਅਤੇ ਹੈ ਕੌਰ ਸਿੰਘ ਜੀ ਇਹ ਕੋਲ ਇਹ ਇੱਕ ਓਪਰਚੁਨਿਟੀ ਹੁੰਦੀ ਹੈ ਦੇਖੋ ਲਾਈਫ ਦੇ ਵਿੱਚ ਕਦੀ ਕਦੇ ਹੀ ਆਉਂਦੀਆਂ ਅਤੇ ਜੇ ਤੁਸੀਂ ਓਪਰਚੁਨਿਟੀ ਨੂੰ ਕੈਚ ਕਰ ਲੈਂਦੇ ਹੋ ਤਾਂ ਦੈਟਸ ਗੁੱਡ ਡਿਸੀਜਨ ਅਦਰਵਾਈਜ਼ ਲੰਘ ਜੂਗੀ ਫਿਰ ਉਮਰ ਬੀਤ ਜੂਗੀ ਕਦੀ ਤੁਸੀਂ ਉਹ ਫਿਲਮ ਦਾ ਹੈਗਾ ਨਾ ਇੱਕ ਸੀਨ ਕਿਹੜਾ 3 ਇਡੀਅਟਸ ਕਿਸੇ ਹੋਰ ਦਾ ਉਹ ਕਹਿੰਦਾ ਵੀ ਮੈਂ ਉਹ ਨਹੀਂ ਚਾਹੁੰਦਾ ਵੀ ਮੈਂ ਮਰਨ ਕੰਢੇ ਬੈਠਾ ਹਾਂ ਅਤੇ ਮੈਂ ਸੋਚਾਂ ਵੀ ਸ਼ਾਇਦ ਮੈਂ ਉਦੋਂ ਕੁਛ ਹੋਰ ਕਰ ਲੈਂਦਾ ਅਤੇ ਸ਼ਾਇਦ ਮੈਂ ਕਿਤੇ ਹੋਰ ਪਹੁੰਚਿਆ ਹੁੰਦਾ ਹੈ ਨਾ ਸੋ ਆਪਾਂ ਉਹ ਚੀਜ਼ ਛੱਡਣਾ ਚਾਹੁੰਦੇ ਆਪਾਂ ਵੀ ਠੀਕ ਹੈ ਅਤੇ ਕਿਉਂਕਿ ਸਟੋਰੀ ਇੱਕ ਇਹੋ ਜਿਹੀ ਚੀਜ਼ ਹੈ ਨਾ ਦੇਖੋ 100 ਕਰੋੜ ਦੀ ਵੱਧਦੀ ਹੈ ਕਿੰਨੇ ਹੋਊਗੀ ਮੇਰਾ 120 ਕਰੋੜ ਦੀ ਵੱਧਦੀ ਹੋਊਗੀ ਜੇ ਉਦੋਂ ਵੀ 90 ਕਰੋੜ ਤਾਂ ਹੋਣੀ ਹੈ ਜਦੋਂ ਮਿਸਟਰ ਕੌਰ ਸਿੰਘ ਦਾ ਟਾਈਮ ਸੀਗਾ ਉਹ ਆਬਾਦੀ ਦੇ ਵਿੱਚੋਂ ਜੇ ਇੱਕ ਬੰਦਾ ਲੜਿਆ ਮੁਹੰਮਦ ਅਲੀ ਨਾਲੋਂ ਇਕੱਲਾ ਕੌਰ ਸਿੰਘ ਲੜਿਆ ਹੈ ਨਾ ਅਤੇ ਉਹ ਤੋਂ ਬਾਅਦ ਜਿਹੜੀ ਇੱਕ ਅਲੱਗ ਕਹਾਣੀ ਹੈ 37 ਸਾਲ ਦੀ ਉਹ ਇੱਕ ਅਲੱਗ ਕਹਾਣੀ ਹੈ ਹੈ ਨਾ ਅਤੇ ਜਿਹੜੀ ਇੱਕ ਬਹੁਤ ਵੱਡੀ ਮੈਂ ਅੱਗੇ ਦੱਸ ਕੇ ਵੀ ਰਿਐਲਿਟੀ ਹੈ ਨਾ ਵੀ ਪਤਾ ਲੱਗਦਾ ਅਤੇ ਉਹ ਕਾਫੀ ਰੀਅਲ ਵੀ ਹੈ ਉਹ ਦੇਖੋ ਕਰੈਕਟਰ ਫਿਲਮ ਦੇ ਵਿੱਚ ਫਾਦਰ ਦਾ ਇੱਕ ਕਰੈਕਟਰ ਬਹੁਤ ਵਧੀਆ ਹੈ ਨਾ ਸੁੱਖੀ ਚਹਿਲ ਨੇ ਪਲੇ ਕੀਤਾ ਹੈਗਾ ਭਾਅ ਜੀ ਨੇ ਹਾਂਜੀ 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 ਸੋ ਉਹ ਸਾਰੇ ਕਾਫੀ ਇੱਕ ਫੈਮਿਲੀ ਐਂਟਰਟੇਨਮੈਂਟ ਡਰਾਮਾ ਹੈਗਾ ਇਹ ਸਪੋਰਟਸ ਬਾਇਓਪਿਕ ਨਹੀਂ ਹੈਗੀ ਇਟਸ ਅ ਫੈਮਿਲੀ ਕਮਰਸ਼ੀਅਲ ਫਿਲਮ ਹੈ ਅਤੇ ਕਾਫੀ ਜਿਹੜੀ ਹੋਰ ਚੀਜ਼ਾਂ ਇਹਦੇ ਵਿੱਚ ਇਨਵੋਲਵ ਹੈਗੀਆਂ ਨੇ ਅਤੇ ਆਈ ਐਮ ਵੈਰੀ ਥੈਂਕਫੁਲ ਟੂ ਗੋਡ ਕਿ ਵੀ ਆਪਾਂ ਨੂੰ ਇਹ ਰਾਈਟ ਓਪਰਚੁਨਿਟੀ ਮਿਲੀ ਅਤੇ ਆਪਾਂ ਆਪਣਾ ਬੈਸਟ ਐਫਰਟ ਕਰਕੇ ਇੱਕ ਗੱਲ ਮੈਂ ਜ਼ਰੂਰ ਪੁੱਛਣੀ ਹੈ ਵੀ ਜਦੋਂ ਤੁਸੀਂ ਦੋਨੋਂ ਵੀ ਇੰਨਾ ਖੁਸ਼ ਹੋ ਰਹੇ ਹੋ ਇਹਨਾਂ ਦੋਨਾਂ ਦੀ ਕੈਮਿਸਟਰੀ ਵੇਖ ਕੇ ਹੈ ਨਾ ਇਹ ਵੀ ਕਿੱਦਾਂ ਹੈ ਨਾ ਰੀਅਲ ਲਾਈਫ ਨੂੰ ਦੇਖ ਦੇ ਕੇ ਖੁਸ਼ ਹੋਈ ਜਾ ਰਹੀ ਹੈ ਮੈਂ ਧਿਆਨ ਚਾਹੁੰਦੀ ਹਾਂ ਕਿ ਹੁਣ ਜਿਹੜੀ ਰੀਅਲ ਲਾਈਫ ਨੂੰ ਦੇਖ ਦੇ ਕਿ ਤੁਸੀਂ ਖੁਸ਼ ਹੋਈ ਜਾਓ ਸੋ ਤੁਹਾਡੇ ਕੋਲੋਂ ਵੀ ਜਾਣ ਤੋਂ ਪਹਿਲਾਂ ਜ਼ਰੂਰ ਪੁੱਛਣਾ ਚਾਹਾਂਗੀ ਇਸ ਟਾਈਮ ਕੀ ਜਜ਼ਬਾਤ ਕੀ ਅਹਿਸਾਸ ਹੈ ਬਿਲਕੁਲ ਮੈਂ ਤਾਂ ਸੱਚੀ ਆਪਣੇ ਨੂੰ ਬਹੁਤ ਲੱਕੀ ਸਮਝਦੀ ਹਾਂ ਕਿ ਇਸ ਮੈਂ ਪ੍ਰੋਜੈਕਟ ਵਿੱਚ ਹਿੱਸਾ ਹੈਗੀ ਹਾਂ ਅਤੇ ਉਸ ਤੋਂ ਵੱਧ ਮੈਨੂੰ ਖੁਸ਼ੀ ਇਹ ਹੈ ਕਿ ਆਪਣੇ ਮਾਂ ਪਿਓ ਨੂੰ ਦੇਖ ਕੇ ਨਾ ਇੰਨੀ ਖੁਸ਼ੀ ਹੁੰਦੀ ਹੈ ਕਿ ਉਹਨਾਂ ਦੇ ਚਿਹਰਿਆਂ 'ਤੇ ਰੌਣਕ ਦੇਖ ਕੇ ਮੈਨੂੰ ਅੱਜ ਬਹੁਤ ਖੁਸ਼ੀ ਹੋ ਰਹੀ ਆ ਮੂਵੀ ਕਰਨ ਤੋਂ ਜ਼ਿਆਦਾ ਉਹਨਾਂ ਨੂੰ ਦੇਖ ਕੇ ਮੈਨੂੰ ਚਾਅ ਚੜ ਰਹੇ ਆ ਕਿ ਕਿੰਨੇ ਖੁਸ਼ ਨੇ ਹੈ ਨਾ ਉਹ ਚੀਜ਼ ਆਪਣੇ ਆਪ ਨੂੰ ਅੰਦਰ ਬਹੁਤ ਖੁਸ਼ੀ ਦੇ ਰਹੀ ਆ ਅਤੇ ਮੈਂ ਥੈਂਕਸ ਕਰਦੀ ਗੋਡ ਦਾ ਕਿ ਇੰਨਾ ਸੋਹਣਾ ਪ੍ਰੋਜੈਕਟ ਮੇਰੇ ਹੱਥ ਵਿੱਚ ਆਇਆ ਅਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਵਧੀਆ ਲੱਗੂਗਾ ਅਤੇ ਹੋਪ ਸੋ ਅਸੀਂ ਆਪਣੇ ਵੱਲੋਂ ਬਹੁਤ ਕੋਸ਼ਿਸ਼ ਕੀਤੀ ਹੈ ਅਤੇ ਅਸੀਂ ਉਹਨਾਂ ਦੇ ਵਰਗੇ ਬਣ ਸਕੇ ਜੀ ਸੋ ਮੈਨੂੰ ਤਾਂ ਇਸ ਗੱਲ ਦੀ ਇੰਨੀ ਖੁਸ਼ੀ ਹੋ ਰਹੀ ਹੈ ਕਿ ਮੈਂ ਰੀਅਲ ਲਾਈਫ ਅਤੇ ਰੀਅਲ ਲਾਈਫ ਦੋਨਾਂ ਨੂੰ ਇਕੱਠੇ ਦੇਖ ਰਹੀ ਹਾਂ ਅਤੇ ਜੇ ਰੀਲ ਅਤੇ ਰੀਅਲ ਲਾਈਫ ਦੀ ਬਲਜੀਤ ਕੌਰ ਦੀ ਗੱਲ ਕਰੀਏ ਦੋਵੇਂ ਹੀ ਬੜੀਆਂ ਸੋਹਣੀਆਂ ਅਤੇ ਦੋਵੇਂ ਹੀ ਬਹੁਤ ਪਿਆਰੀਆਂ ਨੇ ਰੌਣਕੀਆਂ ਜੀਆਂ ਹੈ ਨਾ ਅਤੇ ਜੇ ਗੱਲ ਕਰੀਏ ਕੌਰ ਸਿੰਘ ਜੀ ਦੀ ਇਹ ਰੀਅਲ ਲਾਈਫ ਵਾਲੇ ਅਤੇ ਰੀਅਲ ਲਾਈਫ ਵਾਲੇ ਨੇ ਇਹਨਾਂ ਦੀ ਆਪਣੀ ਇੱਕ ਮਤਲਬ ਡੀਸੈਂਸੀ ਹੈ ਸੋ ਇਹ ਇਸ ਚੀਜ਼ ਨੂੰ ਔਨ ਸਕਰੀਨ ਦੇਖਣਾ ਕਿ ਕਿਸ ਤਰ੍ਹਾਂ ਕੈਪਟਨ ਆਫ ਦਾ ਸ਼ਿਪ ਆਈ ਮੀਨ ਡਾਇਰੈਕਟਰ ਨੇ ਫਰੇਮ ਕੀਤਾ ਹੈ ਕਿਸ ਤਰ੍ਹਾਂ ਰਾਈਟਰ ਨੇ ਇਸ ਚੀਜ਼ ਨੂੰ ਘੜਿਆ ਹੈ ਕਲਮ ਰਾਹੀਂ ਸੋ ਵੇਖਣਾ ਵਾਕਈ ਬਹੁਤ ਇੰਟਰਸਟਿੰਗ ਹੋਣ ਵਾਲਾ ਹੈ ਸੋ ਅੱਜ ਦਾ ਜਿਹੜਾ ਦਿਨ ਹੈ ਇਹ ਪੂਰਾ ਡੈਡੀਕੇਟਡ ਹੈ ਇਹਨਾਂ ਨੂੰ ਔਰ ਇਹਨਾਂ ਦੇ ਪਿੰਡ ਅਸੀਂ ਆਏ ਹੋਏ ਹਾਂ ਐਂਡ ਆਈ ਐਮ ਸ਼ੋਰ ਕਿ ਜਿੰਨਾ ਵੀ ਹੋਮਵਰਕ ਕਰਕੇ ਫਰੇਮ 'ਤੇ ਵਿਖਾਇਆ ਗਿਆ ਤੁਸੀਂ ਉਸ ਨੂੰ ਕਬੂਲੋਗੇ ਫਿਲਹਾਲ ਦੇ ਲਈ ਵੇਖਦੇ ਰਹੋ ਸਿਨੇ ਪੰਜਾਬੀ ਆਪਣਾ ਅਤੇ ਆਪਣਿਆਂ ਦਾ ਰੱਖੋ ਖਿਆਲ ਸਤਿ ਸ਼੍ਰੀ ਅਕਾਲ